ਬਹੁਤ ਹੀ ਵਧੀਆ ਸ਼ਾਇਰ ਮਿੱਤਰ ਗੁਰਦੇਜ ਗੁਹਾਰਵਾਲਾ ਜੀ ਡਾਕਟਰ ਸਰਜੀਤ ਮੁਖੀ ਪੰਜਾਬੀ ਵਿਭਾਗ ਡਾਕਟਰ ਰਜਿੰਦਰਪਾਲ ਡੀਨ ਪਿਛਾਵਾਂ ਤੇ ਪਿਆਰੇ ਵਿਦਿਆਰਥੀਓ ਆਪਾਂ ਦੋ ਦਿਨ ਕੁਝ ਵੱਖਰੇ ਵਿਸ਼ਿਆਂ ਬਾਰੇ ਗੱਲ ਕੀਤੀ ਜਿਹਦੇ ਨਾਲ ਤੁਹਾਡਾ ਸਿੱਧਾ ਜਾਇ ਸੰਬੰਧ ਨਹੀਂ ਸੀ ਪਰ ਸੰਬੰਧ ਹੋਣਾ ਚਾਹੀਦਾ ਸੀ ਇਸ ਪ੍ਰਸੰਗ ਵਿੱਚ ਗੱਲਾਂ ਕੀਤੀਆਂ ਸੀ ਅੱਜ ਆਪਣਾ ਜਿਹੜਾ ਵਿਸ਼ਾ ਹੈ ਉਹ ਤੁਹਾਡਾ ਮੇਰਾ ਸਭ ਦਾ ਸਾਂਝਾ ਕਿਉਂਕਿ ਤੁਸੀਂ ਵੀ ਜੇ ਇੱਥੇ ਪਹੁੰਚੇ ਆ ਤਾਂ ਕਿਤਾਬਾਂ ਕਰਕੇ ਪਹੁੰਚੇ ਆ ਤੇ ਮੈਂ ਨਾ ਸਿਰਫ ਕਿਤਾਬਾਂ ਪੜ੍ਹੀਆਂ ਲਿਖੀਆਂ ਤੇ ਇਸ ਤੋਂ ਬਿਨਾਂ ਕਿਤਾਬਾਂ ਦਾ ਪਰਚਾ ਇਹੋ ਜਿਹੀਆਂ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਹਾਂ ਜਿਹੜੀਆਂ ਕਿਤਾਬਾਂ ਦਾ ਪ੍ਰਚਾਰ ਕਰਦੀਆਂ ਜਾਂ ਕਿਤਾਬਾਂ ਦੇ ਰਾਹੀਂ ਪ੍ਰਚਾਰ ਕਰਦੀਆਂ ਕਿਤਾਬਾਂ ਦੇ ਮਹੱਤਵ ਬਾਰੇ ਮੈਂ ਬਹੁਤਾ ਕੁਝ ਨਹੀਂ ਕਹੂੰਗਾ ਕਿਉਂਕਿ ਇਸ ਡਿਪਾਰਟਮੈਂਟ ਦੇ ਵਿੱਚ ਹੀ ਇੱਕ ਜਿਹੜੀ ਹੈਗੀ ਆ ਵੀਡੀਓ YouTube ਪੀਡੀਓਜ਼ ਆਣਾ ਹਨ ਬੀਐਸ ਦੀ ਤੁਸੀਂ ਵੀ ਦੇਖੀ ਹੋਊਗੀ ਜੇ ਕਿਸੇ ਨੇ ਨਹੀਂ ਦੇਖੀ ਤਾਂ ਉਹ ਜ਼ਰੂਰ ਦੇਖੋ ਕਿਉਂਕਿ ਉਹਦੇ ਤੋਂ ਤੁਹਾਨੂੰ ਪਤਾ ਲੱਗਦਾ ਕਿ ਕਿਤਾਬਾਂ ਕਿਵੇਂ ਜ਼ਿੰਦਗੀ ਬਦਲ ਦਿੰਦੀਆਂ ਉਹਦਾ ਕੱਦ ਛੋਟਾ ਸੀ ਉਹਦੇ ਹੀਣ ਭਾਵਨਾ ਤੇ ਜਿਹੜਾ ਹੈਗਾ ਕਿਤਾਬਾਂ ਨੇ ਕਿਵੇਂ ਉਹਨੂੰ ਕਾਬੂ ਪਾਉਣ ਦੇ ਵਿੱਚ ਮਦਦ ਕੀਤੀ ਕਿਵੇਂ ਉਹਦੀ ਜ਼ਿੰਦਗੀ ਦੀ ਦਿਸ਼ਾ ਬਦਲੀ ਉਹ ਸਾਰਾ ਕੁਝ ਤੁਸੀਂ ਉਹਦੇ ਵਿੱਚ ਸੁਣਿਆ ਹੋਊਗਾ ਜਾਂ ਸੁਣ ਸਕਦੇ ਆ ਮੈਂ ਤਾਂ ਇਹਦੇ ਬਾਰੇ ਇੰਦੀ ਕੀ ਗੱਲ ਹੀ ਕਹਿਣਾ ਚਾਹੂੰਗਾ ਕਿਤਾਬਾਂ ਦੇ ਮਹੱਤਵ ਬਾਰੇ ਕਿ ਇਹ ਗੱਲ ਸੱਚੀ ਆ ਕਿ ਕਿਤਾਬ ਨੂੰ ਸਾੜਨਾ ਬੰਦੇ ਦੇ ਮਾਰਨ ਨਾਲੋਂ ਵੱਧ ਹਿੰਸਕ ਆ ਇਹ ਇੱਕ ਕਥਨ ਆ ਤੇ ਮੈਨੂੰ ਲੱਗਦਾ ਇਹ ਬਿਲਕੁਲ ਸੱਚਾ ਆ ਬੰਦੇ ਨੂੰ ਮਾਰਨ ਨਾਲ ਉਹਦੇ ਵਿਚਾਰ ਨਹੀਂ ਮਰਦੇਗੇ ਵਿਚਾਰ ਸਗੋਂ ਹੋਰ ਫੈਲ ਜਾਂਦੇ ਆ ਜਿਵੇਂ ਭਗਤ ਸਿੰਘ ਦੇ ਮਾਮਲੇ 'ਚ ਹੋਇਆ ਭਗਤ ਸਿੰਘ ਨੂੰ ਫਾਂਸੀ ਦੇਤੀ ਪਰ ਉਹਦੇ ਜਿਹੜੇ ਲਿਖਤਾਂ ਸੀਗੀਆਂ ਉਹ ਸਾਡੇ ਤੱਕ ਆਉਂਦੀਆਂ ਸਾਨੂੰ ਪ੍ਰੇਰਨਾ ਦਿੰਦੀਆਂ ਹੈਗੀਆਂ ਜੂਲੀਅਸ ਸੀਜ਼ਰ ਸੀਗਾ ਤਸੀਹੇ ਦੇ ਕੇ ਮਾਰਤਾ ਪਰ ਉਹਦੀ ਉਹ ਫਾਂਸੀ ਦੇ ਤਖਤੇ ਤੋਂ ਹਰ ਘਰ ਦੇ ਵਿੱਚ ਸਾਡੀ ਦੁਨੀਆ 'ਚ ਪੜੀ ਜਾਂਦੀ ਆ ਉਹਦੇ ਵਿਚਾਰ ਚੱਲਦੇ ਰਹਿੰਦੇ ਹੈਗੇ ਦੂਜੇ ਪਾਸੇ ਚਾਰਵਾਗ ਸੀ ਸਾਨੂੰ ਪਤਾ ਨਹੀਂ ਉਹਨੂੰ ਮਾਰਿਆ ਜਾਂ ਨਹੀਂ ਕਿਉਂਕਿ ਉਹਦੇ ਬਾਰੇ ਉਹ ਜੀਵਨ ਬਾਰੇ ਮਿਲਦਾ ਹੀ ਕੁਝ ਨਹੀਂ ਉਹਦੀਆਂ ਕਿਤਾਬਾਂ ਸਾੜਤੀਆਂ ਉਹਦੇ ਕਰਕੇ ਸਾਡੇ ਜਿਹੜਾ ਹੈਗਾ ਇਹ ਦੇਸ਼ ਦੇ ਵਿੱਚ ਜਿਹੜੀ ਉਹ ਧਾਰਾ ਸੀ ਉਹ ਬਹੁਤ ਪਿੱਛੇ ਪੈ ਗਈ ਕਿਉਂਕਿ ਉਹਦਾ ਸਾਨੂੰ ਕੁਝ ਮਿਲਦਾ ਹੀ ਨਹੀਂ ਸੀਗਾ ਉਹਦੇ ਜਿਹੜੇ ਸਿੱਧੇ ਵਿਚਾਰ ਸੀਗੇ ਸੋ ਇਹ ਜਿਆਦਾ ਖਤਰਨਾਕ ਹੁੰਦਾ ਹੈਗਾ ਕਿਸੇ ਦੀਆਂ ਮਤਲਬ ਕਿਤਾਬਾਂ ਨੂੰ ਜਿਹੜਾ ਹੈਗਾ ਸਾੜਨਾ ਇਸੇ ਕਰਕੇ ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਪਰ ਟੀਨ ਸੰਸਾਰ ਦੀ ਸਭ ਤੋਂ ਮਸ਼ਹੂਰ ਲਾਇਬ੍ਰੇਰੀ ਸੀ ਕਹਿੰਦੇ ਆ ਉਸ ਸਮੇ ਉਹਦੇ ਚ 4 ਲੱਖ ਜੜੀਆਂ ਹੈਗੀਆਂ ਲਿਖਤਾਂ ਸੀਗੀਆਂ ਚੌਥੀ ਸਦੀ ਦੇ ਵਿੱਚ ਉਹਨੂੰ ਜਦੋਂ ਰਾਜਿਆਂ ਨੇ ईसाई ਧਰਮ ਅਪਣਾ ਲਿਆ ਤਾਂ ਉਹਨਾਂ ਨੂੰ ਲੱਗਿਆ ਕਿ ਬਸ ਹੁਣ ਤਾਂ ਬਾਈਬਲ ਦੇ ਵਿੱਚ ਹੀ ਸਾਰਾ ਕੁਝ ਹੈਗਾ ਜਿਹੜਾ ਪਹਿਲਾ ਇਹਨੂੰ ਪੜ ਕੇ ਲੋਕ ਸਵਾਲ ਕਰਨਗੇ ਇਹ ਜਿਹੜੇ ਹੈਗੇ ਪੁਰਾਣੇ ਯੂਨਾਨੀ ਦਾਰਸ਼ਨਿਕਾਂ ਦੀਆਂ ਜਾਂ ਹੋਰਾਂ ਦੀਆਂ ਜਿਹੜੀਆਂ ਲਿਖਤਾਂ ਇਹ ਬੰਦਿਆਂ ਨੂੰ ਸਵਾਲ ਕਰਨ ਨੂੰ ਵਿਸ਼ਵਾਸ ਤੋਂ ਹਿਲਾਉਂਦੀਆਂ ਜਿਹੜਾ ਕਿਸੇ ਚੀਜ਼ ਦੇ ਵਿੱਚ ਅੰਨਾ ਵਿਸ਼ਵਾਸ ਕਰਨਾ ਉਹ ਥੀਓਸੋਫਲ ਫਿਰ ਲ ਸੀਗਾ ਉਹਨੇ ਉਹ ਅੱਗ ਲਗਵਾਤੀ ਤੇ ਉਹ ਲਾਇਬ੍ਰੇਰੀ ਪੁਰਾਣਾ ਖਜ਼ਾਨਾ ਸਾਦਾ ਸਾੜ ਕੇ ਸਵਾ ਕਰਤਾ ਇਸ ਤਰ੍ਹਾਂ ਜਿਹੜੇ ਹੈਗੇ ਆ ਯਾਨੀ ਵਿਚਾਰਾਂ ਦੇ ਵਿੱਚ ਕਿਤਾਬਾਂ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ ਹੁਣ ਸਵਾਲ ਜਿਹੜਾ ਜਿਹੜਾ ਮੈਂ ਅੱਜ ਮੁੱਖ ਤੌਰ ਤੇ ਉਹ ਜਿਸ ਬਾਰੇ ਗੱਲ ਕਰਨੀ ਆ ਉਹ ਇਹ ਹੈ ਕਿ ਕਿਤਾਬਾਂ ਲੱਖਾਂ ਹਨ ਹੁਣ ਲੱਖਾਂ ਕਿਤਾਬਾਂ ਦੇ ਵਿੱਚੋਂ ਕਿਹੜੀਆਂ ਪੜ੍ਹੀਏ ਤੇ ਕਿਹੜੀਆਂ ਛੱਡੀਏ ਇਹ ਸਾਡੇ ਸਾਰੇਆਂ ਸਾਹਮਣੇ ਸਵਾਲ ਆ ਹਜੇ ਤੁਹਾਡੇ ਸਾਹਮਣੇ ਇਹ ਨਹੀਂ ਹੋਣਾ ਕਿਉਂਕਿ ਤੁਸੀਂ ਇੱਕ ਖਾਸ ਹਰੇਕ ਨੇ ਆਪੋ ਆਪਣਾ ਇੱਕ ਵਿਸ਼ਾ ਚੁਣਿਆ ਹੋਇਆ ਇੱਕ ਖੇਤਰ ਚੁਣਿਆ ਹੋਇਆ ਜਿਹਦੇ ਬਾਰੇ ਤੁਸੀਂ ਖੋਜ ਕਰਨੀ ਆ ਜਿਹਦੇ ਚ ਪੜ੍ਹਨਾ ਤੁਹਾਡੇ ਗਾਈਡ ਹੈਗੇ ਉਹ ਤੁਹਾਨੂੰ ਸੁਜੈਸਟ ਕਰਦੇ ਆ ਪਰ ਇਸ ਤੋਂ ਬਾਅਦ ਤੁਹਾਡੇ ਜਿਹੜੇ ਵਿਦਿਆਰਥੀ ਹੋਣਗੇ ਤੁਹਾਨੂੰ ਜਾਣਨ ਵਾਲੇ ਹੋਣਗੇ ਉਹ ਵੀ ਤੁਹਾਤੋਂ ਤੁਹਾਡੀ ਵੀ ਇੱਛਾ ਹੁੰਦੀ ਹੈ ਕਿਉਂਕਿ ਤੁਸੀਂ ਖੁਦ ਕਿਤਾਬਾਂ ਨਾਲ ਜੁੜੇ ਹੋਏ ਆਂ ਵੀ ਹੋਰ ਲੋਕ ਵੀ ਜਿਹੜੇ ਹੈਗੇ ਆ ਉਹ ਕਿਤਾਬਾਂ ਪੜਨ ਤਾਂ ਉਹ ਫਿਰ ਪੁੱਛਦੇ ਆ ਜੀ ਕਿਹੜੀ ਕਿਤਾਬ ਪੜੀਏ ਉੱਥੇ ਇੱਕ ਬੜਾ ਇਹ ਸਾਡੇ ਅੱਗੇ ਸਾਡੇ ਖੁਦ ਅੱਗੇ ਵੀ ਹੁੰਦਾ ਹੈ ਕਿ ਇੰਨੀਆਂ ਕਿਤਾਬਾਂ ਪਈਆਂ ਕੀ ਪੜੀਏ ਇੱਕ ਤਾਂ ਉਹਦਾ ਸੌਖਾ ਜਿਹਾ ਉਹ ਜਿੰਦਾ ਵੀ ਤੁਸੀਂ ਚਲੋ ਅਖਬਾਰਾਂ ਸਾਲਿਆਂ ਚ ਰਿਵਿਊ ਛਾਪਦੇ ਆ ਪਰ ਉਹ ਰਿਵਿਊ ਬਹੁਤ ਲਿਮਟਿਡ ਜਿਹਾ ਕੰਮ ਹੁੰਦਾ ਹੈਗਾ ਕਿਉਂਕਿ ਇੱਕ ਤਾਂ ਉਹ ਨਵੀਂ ਕਿਤਾਬ ਬਾਰੇ ਛਾਪ ਹੁੰਦਾ ਦੂਜਿਆਂ ਉਹਦੇ ਰਿਵਿਊ ਕਰਦੇ ਕਿ ਉਹ ਜਿਸ ਬੰਦ ਦਾ ਲੇਖ ਨਾਲ ਜਾਂ ਉਹਦੇ ਕੀ ਵਿਚਾਰ ਆ ਉਹਦੇ ਤੇ ਹੀ ਉਹ ਜਿਹੜਾ ਹੈਗਾ ਨਿਰਪਰ ਕਰਤਾ ਹੈਗਾ ਸੋ ਉਹ ਇੰਨੀ ਸਹਾਇਤਾ ਨਹੀਂ ਕਰ ਸਕਦੇ ਖਾਸ ਕਰਕੇ ਜਿਹੜੀਆਂ ਕਿਤਾਬਾਂ ਪਹਿਲਾਂ ਲਿਖੀਆਂ ਜਾ ਚੁੱਕੀਆਂ ਹੁਣ ਫੇਰ ਜਦੋਂ ਅਸੀਂ ਸਲਾਹ ਲੈਂਦੇ ਆ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਵਿਦਵਾਨਾਂ ਦੀ ਸਲਾਹ ਲੈਂਦੇ ਆ ਜਿਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਉਹ ਲਾਜ਼ਮੀ ਹੈਗਾ ਕਿ ਜਿਨੇ ਹਜ਼ਾਰਾਂ ਕਿਤਾਬਾਂ ਪੜੀਆਂ ਹੈਗੀਆਂ ਉਹਦੀ ਸਲਾਹ ਕੰਮ ਦੀ ਤਾਂ ਹੋਊਗੀ ਪਰ ਉੱਥੇ ਅੜ ਜਾਂਦੀ ਹੈ ਕਿ ਜਿਹੜੇ ਬੰਦੇ ਨੇ ਹਜ਼ਾਰਾਂ ਕਿਤਾਬਾਂ ਪੜੀਆਂ ਤੇ ਜਿਹੜੇ ਬੰਦੇ ਨੇ ਹਜੇ ਸਹਿਤ ਪੜਨ ਲੱਗਣਾ ਉਹ ਦੋਵਾਂ ਦੇ ਟੇਸਟ 'ਚ ਬਹੁਤ ਫਰਕ ਹੋ ਜਾਂਦਾ ਦੂਜਾ ਹਰੇਕ ਦਾ ਜਿਹੜਾ ਹੈਗਾ ਬૌਧਿਕ ਪੱਧਰ ਅਲੱਗ-ਅਲੱਗ ਹੁੰਦਾ ਹੈਗਾ ਲੋੜਾਂ ਲੱਗ ਹੁੰਦੀਆਂ ਹੈਗੀਆਂ ਉਹਦਾ ਜਿਹੜਾ ਪਹਿਲੇ ਗਿਆਨ ਦਾ ਪਿਛੋਕੜ ਆ ਉਹ ਲੱਗ ਹੁੰਦਾ ਸੋ ਉਹਦੇ ਵਿੱਚ ਵੀ ਸਾਨੂੰ ਬੜੀ ਵਾਰੀ ਇਹ ਜਿਹੜੀ ਹੈ ਨਾ ਇੱਕ ਨਿਰਾਸ਼ਤਾ ਵੀ ਹੋ ਜਾਂਦੀ ਹੈਗੀ ਅਸੀਂ ਕਿਸੇ ਨੂੰ ਕੋਈ ਕਹਿੰਦਾ ਸਾਨੂੰ ਉਹ ਫਲਾਨੀ ਕਿਤਾਬ ਪੜ ਤੇ ਜਦੋਂ ਅਸੀਂ ਉਹ ਪੜਦੇ ਹਾਂ ਸਾਨੂੰ ਉਹ ਜਿਹੜਾ ਹੈਗਾ ਉਹ ਆਨੰਦ ਨਹੀਂ ਆਉਂਦਾ ਜਾਂ ਉਹ ਸਾਨੂੰ ਉਹ ਕਿਤਾਬ ਉਹਨਾ ਟੁੰਬਦੀ ਨਹੀਂ ਮੈਂ ਦੋ ਤਿੰਨ ਧਾਰਨਾ ਆਪਣੀ ਦੇ ਸਕਦਾ ਹੈਗਾ ਕਿ ਮੈਨੂੰ ਅ ਮੈਂ ਜਿਵੇਂ ਆਪਣੀ ਕੱਲ ਵੀ ਗੱਲਾਂ ਹੋਈਆਂ ਸੀ ਕਿ ਹਰ ਮਾਮਲੇ 'ਚ ਵਿਗਿਆਨਕ ਸੋਚ ਦਾ ਧਾਰਨੀ ਆ ਸਾਡੇ ਸ਼ਾਇਰ ਮਿੱਤਰ ਆ ਵਿਜੇ ਵਿਵੇਕ ਜੀ ਉਹਨਾਂ ਨੂੰ ਉਹ ਥੋੜਾ ਜਿਹਾ ਜੋ ਯਾਨੀ ਦਿਸਦਾ ਸਪਸ਼ਟ ਸੰਸਾਰ ਆ ਉਸ ਤੋਂ ਪਰੇ ਦੇਖਣ ਵਾਲੇ ਉਹ ਕਹਿੰਦੇ ਰਹਿੰਦੇ ਹੈਗੇ ਆ ਤੇ ਉਹ ਮੇਰੇ ਨਾਲ ਉਹਨਾਂ ਦਾ ਵੈਸੇ ਚੰਗੇ ਆ ਸੰਬੰਧ ਉਹਨਾਂ ਨੂੰ ਲੱਗਿਆ ਵੀ ਇਹਨੂੰ ਥੋੜਾ ਜਿਹਾ ਅਧਿਆਤਮ ਜਾਂ ਹਸਵਾਜ ਜਾਂ ਇਸ ਪਾਸੇ ਉਹ ਮੈਨੂੰ ਕਹਿੰਦੇ ਤੂੰ ਮਿਰਜ਼ਾਦ ਦੀ ਪੁਸਤਕ ਪੜ੍ਹ ਮੈਂ ਮਿਰਜ਼ਾਦ ਦੀ ਪੁਸਤਕ ਬਹੁਤ ਕਿਸੇ ਡੇਰੇ ਨੇ ਛਾਪੀ ਹੋਈ ਆ ਉੱਥੋਂ ਲਿਆ ਆ ਪਰ ਮੇਰੇ ਉਹਦੇ ਚੋਂ ਕੁਝ ਮੈਨੂੰ ਲੜ ਕੇ ਕੁਝ ਪੱਲੇ ਨਹੀਂ ਪਿਆ ਕਿਉਂਕਿ ਮੇਰੀ ਉਹ ਸੋਚ ਦਾ ਜਿਹੜਾ ਹੈਗਾ ਇੱਕ ਨਜ਼ਰੀਆ ਉਹ ਜਿਹੜਾ ਹੈਗਾ ਵੱਖਰਾ ਐਵੇਂ ਮੈਂ ਬਰੇਵ ਨਿਊ ਵਰਡ ਜਿਹੜਾ ਹੈਗਾ ਸੰਸਾਰ ਦੇ ਯਾਨੀ ਉਹ ਜਿਹੜੇ ਹੈਗੇ ਨਾ 10 ਬੈਸਟ ਨਾਵਲਾਂ ਦੇ ਵਿੱਚ ਉਹਨੂੰ ਗਿਣਿਆ ਜਾਂਦਾ ਹੈਗਾ ਉਹਨੂੰ ਟਰਾਂਸਲੇਟ ਕੀਤਾ ਮੈਨੂੰ ਲੱਗਾ ਮੈਂ ਬੜਾ ਮਹਾਨ ਕੰਮ ਕਰਤਾ ਵੀ ਇਹੋ ਜੀ ਲਿਖਤ ਜਿਹੜੀ ਹੈਗੀ ਆ ਪੰਜਾਬੀ ਪਾਠਕਾਂ ਨੂੰ ਦਿੱਤੀ ਉਹ ਮੈਂ ਪੜਨ ਨੂੰ ਫਿਰ ਜਿਹੜਾ ਵੀ ਉਮਦਾ ਹੁੰਦਾ ਜਦੋਂ ਖਾਸ ਕਰਕੇ ਹੁਣ ਤਾਂ ਚਲੋ ਕਾਫੀ ਕਿਤਾਬਾਂ ਹੋ ਗਈਆਂ ਉਹ ਪਹਿਲੀਆਂ ਪਹਿਲੀਆਂ ਕਿਤਾਬਾਂ ਸੀ ਤੇ ਹਰੇਕ ਨੂੰ ਵੀ ਐ ਤੂੰ ਆ ਪੜ ਉਹ ਬਰੇਵ ਨਿਊ ਆਰਡ ਦੇ ਵਿੱਚ ਕੀ ਹੈਗਾ ਕਿ 26ਵੀਂ ਸਦੀ ਦਾ ਉਹਨੇ ਦ੍ਰਿਸ਼ ਲਿਆ ਹੈਗਾ ਵੀ ਉਦੋਂ ਵਿਗਿਆਨ ਇੰਨੀ ਤਰੱਕੀ ਕਰ ਲੈਂਦਾ ਹੈਗਾ ਕਿ ਜਿਹੜੇ ਬੱਚੇ ਆ ਉਹ ਪ੍ਰਯੋਗਸ਼ਾਲਾ ਟੈਸਟ ਟਿਊਬਾਂ ਦੇ ਵਿੱਚ ਉਹ ਪੈਦਾ ਹੁੰਦੇ ਹੈਗੇ ਆ ਤੇ ਉਹਨਾਂ ਨੂੰ ਜਿਹੜੇ ਕੰਮ ਲਾਉਣਾ ਹੈ ਗਿਣਤੀ ਉਤੋਂ ਮੰਗਾ ਲੈਂਦੇ ਆ ਵੀ ਇੰਨਿਆਂ ਨੇ ਫਿਜ਼ੀਕਲ ਲੇਬਰ ਕਰਨੀਆਂ ਇੰਨਿਆਂ ਨੇ ਜਿਹੜਾ ਹੈਗਾ ਪ੍ਰਬੰਧ ਕਰਨਾ ਤੇ ਉਹਨਾਂ ਨੂੰ ਉਸੇ ਅਨੁਸਾਰ ਹਟਾਲਦੇ ਹਨ ਪਰ ਉਹਨੂੰ ਸਮਝਣ ਦੇ ਲਈ ਇੱਕ ਵਿਗਿਆਨ ਦੀ ਇੱਕ ਬੇਸਿਕ ਜਾਣਕਾਰੀ ਹੋਣੀ ਚਾਹੀਦੀ ਸੀ ਕਿ ਕਿਵੇਂ ਐਗ ਓਵਰੀ ਦੇ ਵਿੱਚ ਹੁੰਦੇ ਆ ਕਿਵੇਂ ਉਹ ਤੋਂ ਫਰਟਿਲੇਸ਼ਨ ਹੁੰਦੀ ਆ ਉਹ ਸਾਰੇ ਫਰਟਿਲੇਸ਼ਨ ਦੇ ਤੇ ਉਹਦੀ ਡਿਵੈਲਪਮੈਂਟ ਦੇ ਦ੍ਰਿਸ਼ਾ ਉਹ ਬੰਦੇ ਨੂੰ ਮਤਲਬ ਆਮ ਪਾਠਕ ਨੂੰ ਨਹੀਂ ਸੀ ਸਮਝ ਆਉਂਦੀ ਐਵੇਂ ਫਿਰ ਜਿਨ੍ਹਾਂ ਨੇ ਤੁਹਾਡੇ ਵਿੱਚੋਂ ਵੀ ਕਿਸੇ ਨੇ ਸਿੱਖਿਆ ਦਾ ਕੋਈ ਬੀਐਡ ਵਗੈਰਾ ਕੋਰਸ ਕੀਤਾ ਤਾਂ ਉਹਨੇ ਪਾਵਲੋਵ ਦੀ ਕੰਡੀਸ਼ਨਿੰਗ ਥਿਊਰੀ ਉਹ ਤਾਂ ਉਹਨੇ ਤਾਂ ਪੜ੍ਹੀ ਹੋਈ ਹੋ ਵੀ ਹੋਈਗੀ ਕਿ ਜਿੰਨਾ ਚੀਜ਼ਾਂ ਤੋਂ ਪ੍ਰਤੀ ਅਸੀਂ ਨਫ਼ਰਤ ਪੈਦਾ ਕਰਨੀ ਹੁੰਦੀ ਹੈ ਉਹਨਾਂ ਨਾਲ ਅਸੀਂ ਮਾੜਾ ਕੋਈ ਸਜ਼ਾ ਜੋੜ ਦਿੰਨੇ ਆ ਤੇ ਜਿੰਨਾ ਪ੍ਰਤੀ ਪਿਆਰ ਪੈਦਾ ਕਰਨਾ ਹੁੰਦਾ ਉਹਨਾਂ ਨਾਲ ਕੋਈ ਚੰਗਾ ਪਲੇਅਰ ਦਾ ਐਕਸਪੀਰੀਅੰਸ ਜੋੜ ਦਿੰਨੇ ਹੈਗੇ ਸੋ ਜਿਨ੍ਹਾਂ ਨੇ ਇਹ ਨਹੀਂ ਪੜਿਆ ਉਹਨਾਂ ਨੂੰ ਉਹਦੇ ਵਿੱਚ ਜਿਹੜਾ ਹੈਗਾ ਬੱਚਿਆਂ ਨੂੰ ਜਿਨ੍ਹਾਂ ਨੂੰ ਕੰਮ ਤੇ ਲਾਉਣਾ ਹੈ ਉਹਨਾਂ ਨੂੰ ਫੁੱਲਾਂ ਤੋਂ ਕਿਤਾਬਾਂ ਤੋਂ ਨਫ਼ਰਤ ਪੈਦਾ ਕਰਨ ਦੇ ਲਈ ਉਹਨਾਂ ਅੱਗੇ ਫੁੱਲ ਰੱਖੇ ਜਾਂਦੇ ਆ ਕਿਤਾਬਾਂ ਰੱਖੇ ਜਾਂਦੀਆਂ ਜਦੋਂ ਉਹਨਾਂ ਨੂੰ ਚੱਕਣ ਲੱਗਦੇ ਆ ਤਾਂ ਬਿਜਲੀ ਦਾ ਝਟਕਾ ਵੱਜਦਾ ਤੇ ਉਹਨਾਂ ਦੇ ਪੇਨ ਹੁੰਦੀ ਹੈ ਤੇ ਉਹ ਸਦਾ ਲਈ ਉਹਨਾਂ ਦੇ ਦਿਲ 'ਚ ਨਫ਼ਰਤ ਹੋ ਜਾਂਦੀ। ਹੋਰ ਉਹਦੇ ਵਿੱਚ ਬਹੁਤ ਸਾਰੇ ਦਾਰਸ਼ਨਿਕ ਸਵਾਲ ਹੈਗੇ ਆ ਕਿ ਬੰਦਾ ਜਦੋਂ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਲੈਂਦਾ ਉਦੋਂ ਬਾਅਦ ਉਹਦੀ ਜ਼ਿੰਦਗੀ ਦਾ ਫਿਰ ਜਦੋਂ ਦੇ ਕੋਈ ਦੁੱਖ ਨਹੀਂ ਕੋਈ ਬਿਮਾਰੀ ਨਹੀਂ ਕੋਈ ਉਹਨੇ ਬੁढ़ा ਨਹੀਂ ਹੋਣਾਗਾ ਤਾਂ ਫਿਰ ਉਹਦੇ ਜ਼ਿੰਦਗੀ ਦਾ ਮਕਸਦ ਕੀ ਰਹਿ ਜਾਂਦਾ ਕੀ ਕਰੇ ਸੋ ਮੈਨੂੰ ਲੱਗਦਾ ਸੀ ਇਹ ਬਹੁਤ ਮਤਲਬ ਮੈਂ ਜਿਹਨੂੰ ਇਹ ਦਿਨਾ ਕਿਤਾਬ ਉਹਨੂੰ ਬਹੁਤ ਵਧੀਆ ਚੀਜ਼ ਦੇ ਦੇ ਪਰ ਬਹੁਤੇ ਚੁੱਪ ਜੇ ਕਰ ਜਾਂਦੇ ਜਦੋਂ ਪੁੱਛਦਾ ਕਿ ਕਿਵੇਂ ਲੱਗਿਆ ਫਿਰ ਜਿਹੜੇ ਜ਼ਿਆਦੇ ਸੀ ਉਹਨੇ ਕਹਿੰਦੇ ਯਾਰ ਔਖਾ ਬਹੁਤ ਸੋ ਐਉਂ ਯਾਨੀ ਹਰੇਕ ਦਾ ਨਾ ਜਿਹੜਾ ਹੈਗਾ ਕਿਤਾਬ ਹਰੇਕ ਕਿਤਾਬ ਹਰੇਕ ਦੇ ਪੜਨ ਵਾਲੀ ਉਵੇਂ ਨਹੀਂ ਹੁੰਦੀ ਇੱਕ ਮੇਰਾ ਹੋਰ ਜਾਤੀ ਤਜਰਬਾ ਹੋਇਆ ਕਿ ਤੁਸੀਂ ਵੀ ਸ਼ਾਇਦ ਤੁਹਾਡੇ ਵਿੱਚੋਂ ਕੁਝ ਨੇ ਪੜ੍ਹੀ ਹੋਵੇ ਦੋਸਤੋ ਵਸਕੀ ਦੀ ਕਿਤਾਬ ਆ ਚਿੱਟੀਆਂ ਰਾਤਾਂ ਜਾਂ ਜਿਹਨੂੰ ਚਾਨਣੀਆਂ ਰਾਤਾਂ ਦੋਹਾਂ ਨਾਵਾਂ ਥੱਲੇ ਪਹਿਲਾਂ ਉਹ ਕੱਲਾ ਛਪਿਆ ਸੀ ਤਾਂ ਉਹ ਚਿੱਟੀਆਂ ਰਾਤਾਂ ਦੇ ਸੀ ਹੁਣ ਇੱਕ ਸੰਗ੍ਰਹਿ ਦੇ ਵਿੱਚ ਉਹਦਾ ਨਾਂ ਚਾਨਣੀਆਂ ਰਾਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਉੱਤਮ ਸਹਿਤ ਵੀ ਇਹ ਨਹੀਂ ਹੁੰਦਾ ਵੀ ਹਰੇਕ ਜਿਹੜਾ ਹੈਗਾ ਵਿਦਵਾਨ ਕਹਿੰਦਾ ਉਹ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਉਹ ਵੀ ਉਹ ਉੱਤਮ ਸਹਿਤ ਨਹੀਂ ਮੈਂ ਕਿਸੇ ਦੇ ਕੋਲ ਠਹਿਰਿਆ ਦੋ ਜਾਣੇ ਸੀ ਉਹ ਉਹ ساری ਰਾਤ ਯਾਨੀ ਉਹ ਮਤਲਬ ਮੇਰੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਇੱਕ ਉਹਨਾਂ ਦੇ ਵਿੱਚੋਂ ਉਹ ਜਿਹੜਾ ਹੈਗਾ ਚਿੱਟੀਆਂ ਦਾਤਾ ਨਾਵਲ ਪੜ੍ਹੇ ਉਹਦੇ ਚੋਂ ਤਿੰਨ ਕਿ ਲਾਈਨਾਂ ਪੜ੍ਹੇ ਤੇ ਫਿਰ ਉਹ ਦੋਵੇਂ ਕਰਨ ਵਾਹ ਵਾਹ ਕੀ ਬਾਤ ਆ ਕੀ ਗੱਲ ਕੀਤੀ ਆ ਵਾਹ ਬਿਆਹ ਹੁੰਦੀਆਂ ਪਾਵਨਾਂਵਾ ਤੇ ਮੈਂ ਬੜੀ ਉਤਸੁਕਤਾ ਨਾਲ ਮੈਂ ਸਵੇਰ ਹੀ ਮੰਗ ਲਈ ਮੈਂ ਕਿਹਾ ਤੁਸੀਂ ਤਾਂ ਪੜ੍ਹਿਆ ਮੈਨੂੰ ਦੇ ਦਿਓ ਮੈਂ ਲਿ ਜਾ ਕੇ ਪੜਿਆ ਉਹਦੇ ਵਿੱਚ ਕਹਾਣੀ ਚਿੱਟੀਆਂ ਰਾਤਾਂ ਦੇ ਉੱਤੇ ਤੁਹਾਨੂੰ ਪਤਾ ਹੋਣਾ ਹੈ ਕਿ ਜਵੂਈ ਮਟ ਫਿਲਮ ਵੀ ਉਹਦੇ ਤੇ ਆਧਾਰਤਾ ਤੇ ਮੈਨੂੰ ਹੁਣ ਪਤਾ ਲੱਗਿਆ ਕੋਈ ਸਾਂਵਰੀਆ ਫਿਲਮ ਬਣੀ ਸੀ ਉਹ ਵੀ ਕਹਿੰਦੇ ਉਹਦੇ ਉੱਤੇ ਹੀ ਆਧਾਰ ਤੇ ਜਿਹੜੀ ਹੈਗੀ ਆ ਬਣੀ ਉਦੇ ਵਿੱਚ ਹੁੰਦਾ ਕੀ ਹੈ ਕਿ ਜਿਹੜਾ ਅ ਇੱਕ ਪਾਤਰ ਆ ਬਹੁਤ ਸੰਗਾਊ ਜਿਹਾ ਹੈਗਾ ਕਦੇ ਉਹਨੇ ਕਿਸੇ ਲੜਕੀ ਨਾਲ ਉਹ ਗੱਲ ਨਹੀਂ ਕੀਤੀ ਹੱਥ ਫੜ ਕੇ ਨਹੀਂ ਦੇਖਿਆਗਾ ਤੇ ਉਹ ਰਾਤ ਨੂੰ ਆਪਦੇ ਕੰਮ ਬਹੁਤ ਹੀ ਮੱਲੋ ਇੰਟਰੋਵਰਟ ਹੁੰਦਾ ਨਿਕਲਦਾ ਹੈ ਆਪਦੇ ਉਥੋਂ ਕੰਮ ਦੇ ਦੇ ਵਿੱਚੋਂ ਤੇ ਰਾਤ ਨੂੰ ਸੈਰ ਜੀ ਕਰਨ ਨਿਕਲਦਾ ਹੈ ਤੇ ਅੱਗੇ ਦਰਿਆ ਦੇ ਪੁਲ ਤੇ ਖੜੀ ਇੱਕ ਲੜਕੀ ਰੋ ਰਹੀ ਹੁੰਦੀ ਹੈ ਉਹਨੂੰ ਲੱਗਦਾ ਵੀ ਕਿਤੇ ਛਾਲ ਨਾ ਮਾਰੇ ਤੇ ਮੈਂ ਇਹਨੂੰ ਥੋੜਾ ਜਿਹਾ ਕੋਈ ਹੌਸਲਾ ਦੇਵਾਂ ਵੀ ਪੁੱਛਾਂ ਕੀ ਗੱਲ ਆ ਉਹ ਉਹਦੇ ਕੋਲੇ ਰੁਕ ਜਾਂਦਾ ਤੇ ਉਹ ਤੋਂ ਪੁੱਛਦਾ ਕੀ ਗੱਲ ਆ ਤੂੰ ਕਿਉਂ ਰੋ ਰਹੀ ਆ ਉਹ ਕਹਿੰਦੀ ਮੇਰਾ ਪ੍ਰੇਮੀ ਆ ਤੇ ਉਹ 1 ਸਾਲ ਪਹਿਲਾਂ ਇੱਥੋਂ ਚਲਾ ਗਿਆ ਸੀਗਾ ਵੀ ਉਹ ਵਿਆਹ ਦੀ ਕੋਈ ਗੱਲ ਹੋਈ ਸੀ ਉਹ ਕਹਿੰਦਾ ਵੀ ਮੇਰੇ ਕੋਲੇ ਹਜੇ ਕੋਈ ਸਾਧਨ ਨਹੀਂ ਜਿਹੜਾ ਹੈਗਾ ਆਮਦਨ ਦਾ ਤੈਨੂੰ ਰੱਖ ਸਕਾਂ ਮੈਂ ਉਹ ਵੱਡੇ ਸ਼ਹਿਰ ਜਾ ਕੇ ਆਪ ਦਾ ਕੋਈ ਰਜਗਾਰ ਦਾ ਪ੍ਰਬੰਧ ਕਰਦਾ ਤੇ ਇੱਕ ਸਾਲ ਬਾਅਦ ਜੇ ਮੈਂ ਸਫਲ ਹੋਇਆ ਤਾਂ ਇੱਕ ਸਾਲ ਬਾਅਦ ਐਸੇ ਪੁਲ ਦੇ ਉੱਤੇ ਤੈਨੂੰ 10 ਵਜੇ ਆ ਕੇ ਮਿਲੂੰਗਾ ਤੇ ਕਹਿੰਦੀ 10 ਵਜੇ ਗਿਆ ਤੇ ਉਹ ਨਹੀਂ ਆਇਆ ਤੇ ਇਸ ਕਰਕੇ ਮੈਂ ਉਦਾਸਾਂ ਤੇ ਮੈਂ ਮਰਨ ਦਾ ਸੋਚ ਰਹੀ ਉਹ ਮਤਲਬ ਜਿਹੜਾ ਹੈਗਾ ਉਹ ਪਾਤਰ ਆ ਮੈਂ ਪਾਤਰ ਉਹਦੇ ਵਿੱਚ ਉਹ ਉਹਨੂੰ ਹੌਸਲਾ ਦਿੰਦਾ ਹੈ ਆਦਾ ਕੋਈ ਨਹੀਂ ਕਈ ਵਾਰੀ ਉਹਨੂੰ ਮਤਲਬ ਕਹਿੰਦਾ ਵੀ ਕੋਈ ਹੋਰ ਕੰਮ ਹੋ ਜਾਂਦਾ ਕੋਈ ਆ ਮਜਬੂਰੀ ਹੋ ਜਾਂਦੀ ਹੁੰਦੀ ਆ ਤੂੰ ਕੱਲ ਨੂੰ ਫੇਰ ਆਈ ਇੱਥੇ ਹੋਰ ਵੇਟਕਾਰ ਕੋਈ 2-4 ਦਿਨ ਇੱਕ ਵਾਰਾ ਨਰਾਸ਼ਨਾ ਉਹ ਅਗਲੇ ਦਿਨ ਫੇਰ ਆਉਂਦੀ ਆ ਉਸੇ ਰਾਤ ਦੇ ਉਸੇ ਸਮੇਂ ਤਾਂ ਉਹ ਦੱਸਦੀ ਆ ਫਿਰ ਉਹ ਆਪਣੀਆਂ ਗੱਲਾਂ ਦੱਸਦੀ ਆ ਵੀ ਕਿਵੇਂ ਮੇਰੀ ਇੱਕ ਅੰਨੀ ਦਾਦੀ ਆ ਤੇ ਵੀ ਮੈਂ ਕਿਤੇ ਗਲਤ ਨਾ ਹੋ ਜਾਾਂ ਉਹ ਮੇਰੀ ਫਰਾਕ ਨੂੰ ਆਪ ਦੇ ਕਮੀਜ਼ ਦੇ ਨਾਲ ਉਹ ਟੋਪੇ ਲਾ ਕੇ ਰੱਖਦੀ ਆ ਮੈਨੂੰ ਸਾਰਾ ਦਿਨ ਉਹਦੇ ਕੋਲ ਬੈਠਣਾ ਪੈਂਦਾ ਹੈਗਾ ਤੇ ਇਸ ਤਰ੍ਹਾਂ ਤੇ ਇਸੇ ਦੌਰਾਨ ਉਹ ਸਾਡੇ ਕਿਰਾਏਦਾਰ ਆਇਆ ਸੀਗਾ ਤੇ ਮੇਰਾ ਉਹਦੇ ਨਾਲ ਆਏ ਪ੍ਰੇਮ ਹੋ ਗਿਆ ਉਹਨੂੰ ਮਤਲਬ ਇਉਂ ਗੱਲਾਂ ਉਹ 2-3 ਰਾਤਾਂ ਮਤਲਬ ਉਹ ਉੱਥੇ ਆਉਂਦੀ ਆ ਉਹ ਪ੍ਰੇਮੀ ਤਾਂ ਉਹਦਾ ਨਹੀਂ ਆਉਂਦਾ ਤੇ ਪਰ ਉਹ ਜਿੰਨਾ ਉਹਨੂੰ ਸਨੇਹ ਵਿਖਾਉਂਦਾ ਉਹਦੇ ਦਿਲ ਵਿੱਚ ਵੀ ਕਿਉਂਕਿ ਉਹ ਉਹਦਾ ਕਹਿੰਦਾ ਵੀ ਮੈਂ ਤਾਂ ਪਹਿਲਾਂ ਕਦੇ ਕਿਸੇ ਕੁੜੀ ਨਾਲ ਗੱਲ ਹੀ ਨਹੀਂ ਸੀ ਕੀਤੀ ਉਹਦੇ ਹੱਥ ਜਦੋਂ ਫੜਦਾ ਤਾਂ ਉਹਦੇ بڑا ਜੋ ਵੀ ਹੋਣਾ ਹੁੰਦਾ ਹੈਗਾ ਵੀ ਉਹਨੂੰ ਬੜਾ ਵਧੀਆ ਲੱਗਦਾ ਤੇ ਉਹ ਸਾਰਾ ਦਿਨ ਉੱਡਿਆ ਫਿਰਦਾ ਹੈਗਾ ਤੇ ਉਹਦੇ ਦਿਲ 'ਚ ਵੀ ਪ੍ਰੇਮ ਜਾਗਦਾ ਤੇ ਉਹ ਕੁੜੀ ਨੂੰ ਵੀ ਲੱਗਦਾ ਵੀ ਐਡਾ ਵਧੀਆ ਬੰਦਾ ਹੈਗਾ ਇਹ ਤੇ ਉਹਦੇ ਮਨ ਦੇ ਵਿੱਚ ਵੀ ਇਹ ਇੱਕ ਮਤਲਬ ਪ੍ਰੇਮ ਦੀ ਭਾਵਨਾ ਉਹਦੇ ਵਿੱਚ ਵੀ ਪੈਦਾ ਹੁੰਦੀ ਹੈ ਉਦੋਂ ਬਾਅਦ ਫੇਰ ਉਹ ਕਹਿੰਦਾ ਵੀ ਉਹਦੇ ਤੱਕ ਸਾਧਨ ਕੀ ਆ ਵੀ ਪਹੁੰਚਣ ਦਾ ਉਹ ਮਤਲਬ ਥੋੜਾ ਜਿਹਾ ਉਹ ਧਿਆਈ ਨਹੀਂ ਵੀ ਹੁਣ ਮੈਂ ਉਹਨੂੰ ਉਹ ਗਿਆ ਹੈ ਪਾਸੇ ਤੇ ਮੈਂ ਇੱਥੇ ਇਹਦੀ ਉਹਦੀ ਜਗ੍ਹਾ ਲੈ ਲਾਂ ਹਾਲਾਂਕਿ ਕੁੜੀ ਇਹ ਵੀ ਕਹਿੰਦੀ ਆ ਵੀ ਕਾਸ਼ ਉਹ ਤੂੰ ਹੁੰਦਾ ਮਤਲਬ ਇਸ ਤਰ੍ਹਾਂ ਦੀਆਂ ਭਾਵਨਾਵਾਂ ਆ ਜਾਂਦੀਆਂ ਹੈਗੀਆਂ ਉਹ ਕਹਿੰਦਾ ਉਹਦੇ ਉਹਦਾ ਕੋਈ ਟਿਕਾਣਾ ਹੈ ਉਹਦੇ ਯਾਰ ਦੋਸਤ ਕਿੰਨਾ ਕੋਲੇ ਜਾਂਦਾ ਸੀ ਉਹ ਕਹਿੰਦੀ ਵੀ ਉਹਦੇ ਦੋਸਤਾਂ ਦਾ ਮੇਰੇ ਕੋਲੇ ਹੈਗਾ ਟਿਕਾਣਾ ਤੇ ਮੈਂ ਚਿੱਠੀ ਲਿਖਦੀ ਆ ਤੂੰ ਉਹਨਾਂ ਨੂੰ ਪਹੁੰਚਾਇਆ ਉਹ ਕਹਿੰਦਾ ਹਾਂ ਤੂੰ ਚਿੱਠੀ ਲਿਖ ਮੈਂ ਉਹ ਚਿੱਠੀ ਲੈ ਕੇ ਜਿਹੜਾ ਹੈਗਾ ਉਹਨਾਂ ਤੱਕ ਪਹੁੰਚਾਉਣੇ ਉਹ ਆਪੇ گا ਉਹਦੇ ਤੱਕ ਪਹੁੰਚਾਉਣਗੇ ਤੇ ਉਹ ਆ ਜਾਊਗਾ ਉਹ ਇਸ ਤਰ੍ਹਾਂ ਉਹਦੀ ਜਿਹੜੀ ਹੈਗੀ ਉਹ ਚਿੱਠੀ ਲਿਖਦੀ ਆ ਉਹ ਉਹਦੇ ਦੋਸਤਾਂ ਤੱਕ ਪਹੁੰਚਾਉਂਦਾ ਆ ਆਖਰ ਜਿਹੜੀ ਹੈਗੀ ਆ ਸੱਤਮੀ ਕੇ ਦਸਮੀ ਰਾਤ ਆ ਉਹ ਮਤਲਬ ਆਈ ਲੱਗਦਾ ਹੈਗਾ ਵੀ ਕੁੜੀ ਨੂੰ ਵੀ ਲੱਗਦਾ ਵੀ ਇਹੀ ਆ ਤੇ ਉਹਨੂੰ ਲੱਗਦਾ ਵੀ ਹਾਂ ਵੀ ਮੇਰੇ ਵਾਸਤੇ ਇਹੀ ਜਿਹੜਾ ਹੈਗਾ ਕੁੜੀ ਬਣੀ ਹੋਈ ਆ ਤੇ ਉਹ ਆ ਜਾਂਦਾ ਹੈਗਾ ਜੀ ਜੀ ਦੀ ਅਢੀਕ ਕਰ ਰਹੀ ਸੀ ਤੇ ਉਹ ਕਦੇ ਉਹਨੂੰ ਗਲਵੱਕੜੀ ਪਾਉਂਦੀ ਆ ਤੇ ਕਦੇ ਉਹਦੇ ਵੱਲ ਭੱਜ ਕੇ ਜਾਂਦੀ ਆ ਤੇ ਕਹਿੰਦੀ ਆ ਵੀ ਇਹ ਵੀ ਉਹ ਮਤਲਬ ਮੈਂ ਤੈਨੂੰ ਵੀ ਬਹੁਤ ਚਾਹੁੰਨੀ ਆ ਪਰ ਕਾਸ਼ ਉਹ ਤੂੰ ਹੁੰਦਾ ਜਾਂ ਤੂੰ ਉਹ ਹੁੰਦਾ ਇੱਥੇ ਜਾ ਕੇ ਉਹ ਨਾਵਲ ਖਤਮ ਹੁਣ ਮੈਂ ਜਿਸੂਸੀ ਨਾਂ ਵਾਲਾ ਪੜ੍ਹਦਾ ਰਿਹਾ ਸੀਗਾ ਮੈਨੂੰ ਲੱਗਿਆ ਕੀ ਯਾਰ ਐਵੇਂ ਆਏ ਕਿਹੜਾ ਚਿੱਠੀਆਂ ਕਿਸੇ ਦੀ ਜਿੰਦੇ ਤੇ ਆਪਦਾ ਚਿੱਤ ਆ ਹੋਵੇ ਉਹਦੀਆਂ ਚਿੱਠੀਆਂ ਕੌਣ ਲੈ ਕੇ ਜਾਂਦਾ ਵੀ ਲੈ ਕੇ ਜਾਊਗਾ ਮਤਲਬ ਮੈਨੂੰ ਕੋਈ ਉਹਦਾ ਪੜ ਪੱਲੇ ਬਹੁਤਾ ਨਹੀਂ ਪਿਆ ਉਦੋਂ ਬਾਅਦ ਜਦੋਂ ਜਵ ਮੈਟ ਫਿਲਮ ਦਾ ਕਿਸੇ ਨੇ ਦੱਸਿਆ ਵੀ ਇਹ ਉਹਦੇ ਤੇ ਆਧਾਰਿਤ ਆ ਤੇ ਮੈਂ ਉਦੋਂ ਬਾਅਦ ਬਹੁਤ ਸਾਲਾਂ ਬਾਅਦ ਯਾਨੀ ਕੋਈ 15 ਸਾਲਾਂ ਬਾਅਦ ਦੁਬਾਰਾ ਪੜਿਆ ਫਿਰ ਮੈਨੂੰ ਲੱਗਿਆ ਵੀ ਇਹ ਬੰਦਾ ਹੋਣਾ ਤਾਂ ਐਂ ਚਾਹੀਦਾ ਵੀ ਜਿਹੜਾ ਯਾਨੀ ਜਿਸ ਨੂੰ ਤੁਸੀਂ ਪ੍ਰੇਮ ਕਰਦੇ ਹੋ ਉਹਦੀ ਖੁਸ਼ੀ ਚ ਖੁਸ਼ੀ ਵੇਖਦਾ ਹੈ ਇਹ ਜਿਹੜੀ ਹੈ ਸਹੀ ਭਾਵਨਾ ਤਾਂ ਇਹ ਹੈ ਵੀ ਉਹ ਦੂਜੀ ਤਾਂ ਕਬਜ਼ਾ ਕਰਨ ਵਾਲੀ ਹੈਗੀ ਜਿਸ ਨੂੰ ਅਸੀਂ ਕਹਿੰਨੇ ਫੁੱਲ ਤੋੜਨ ਵਾਲੀ ਗੱਲ ਹੈਗੀ ਆ ਵੀ ਅਸਲ ਤਾਂ ਉਹਦੀ ਖੁਸ਼ੀ ਦੇ ਵਿੱਚ ਜੇ ਤੁਹਾਨੂੰ ਖੁਸ਼ੀ ਆ ਤਾਂ ਇਹੀ ਜਿਹੜਾ ਹੈਗਾ ਸੱਚਾ ਪਿਆਰ ਕਹ ਲੋ ਜਾਂ ਸੱਚਾ ਯਾਨੀ ਤੁਹਾਡਾ ਹੈਗਾ ਦਿਲ ਫਿਰ ਲੱਗਦਾ ਲੱਗਿਆ ਮੈਨੂੰ ਵਾਕਿਆ ਵੀ ਪਹਿਲਾਂ ਮੈਨੂੰ ਐ ਜੇ ਲੱਗਾ ਲੱਪਿਆ ਵੀ ਐਵੇਂ ਕਈ ਦੂਸਰੇ ਬੰਦਿਆਂ ਦੇ ਨਾਂ ਹੀ ਚੜਾ ਰੱਖੇ ਹੈਗੇ ਆ ਤੇ ਫਿਰ ਲੱਗਿਆ ਵੀ ਦੋਸਤੋ ਵਸ ਕੀ ਜਿਹੜਾ ਹੈਗਾ ਵਾਕਿਆ ਉਹ ਜਿਹੜਾ ਵੱਡਾ ਲੇਖ ਕਿਉਂ ਸੋ ਕਹਿਣ ਦਾ ਭਾਵ ਆ ਵੀ ਇਹ ਨਹੀਂ ਹੁੰਦਾ ਵੀ ਕਿਸੇ ਨੇ ਕਿਹਾ ਵੀ ਉੱਤਮ ਸਹਿਤ ਹੋ ਸਕਦਾ ਸਾਨੂੰ ਉਸ ਦੀਵੀ ਸਹਿਤ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਵੀ ਇੱਕ ਸਟੇਜ ਤੇ ਨਾ ਸਮਝ ਆਵੇ ਪਰ ਉਸ ਤੋਂ ਜਿਹੜਾ ਹੈਗਾ ਜਦੋਂ ਸਾਡੇ ਅਨਪਭਵ ਉਹ ਜੇ ਹੋ ਜਾਂਦੇ ਆ ਸਾਡਾ ਲੈਵਲ ਉਹ ਜਾ ਹੋ ਜਾਂਦਾ ਸੋ ਇਹ ਕਿਤਾਬ ਦਾ ਪਸੰਦ ਆਉਣਾ ਨਾ ਆਉਣਾ ਸਾਡੇ ਖੁਦ ਦੇ ਅਨਪਵਾਂ ਨਾਲ ਸਾਡੀ ਸੋਚ ਦੇ ਪੱਧਰ ਨਾਲ ਸਾਡੀਆਂ ਭਾਵਨਾਵਾਂ ਨਾਲ ਜਿਹੜੀ ਹੈਗੀ ਆ ਇਹ ਜੁੜੀ ਹੋਈ ਗੱਲ ਆ ਇਹ ਵਿਦਵਾਨਾਂ ਦੀ رائے ਦੀ ਕਿੰਨੀ ਕੁ ਮਹੱਤਤਾ ਹੁੰਦੀ ਹੈ ਤੁਸੀਂ ਤਾਂ ਅਕਸਰ ਵਿਦਵਾਨਾਂ ਹੀ رائے ਲੈਂਦੇ ਨੇ ਇਹਦੇ ਬਾਰੇ ਮੈਂ ਇੱਕ ਥੋੜਾ ਜਿਹਾ ਨਾ ਐਮਰਸਨ ਦਾ ਨਾਮ ਤੁਸੀਂ ਸੁਣਿਆ ਹੋਣਾ ਐਮਰਸਨ ਦੇ ਨਿਬੰਧ ਦਾ ਭਾਸ਼ਾ ਭਾਗ ਨੇ ਪੰਜਾਬੀ ਚ ਵੀ ਉਹ ਪ੍ਰਕਾਸ਼ਿਤ ਕੀਤੇ ਹੋਏ ਆ ਉਹਦੇ ਵਿੱਚ ਉਹ ਕਹਿੰਦਾ ਹੈ ਇਹ ਕਿਤਾਬਾਂ ਦੀ ਚੋਣ ਬਾਰੇ ਉਹ ਕਹਿੰਦਾ ਸਾਡਾ ਤਜਰਬਾ ਦੱਸਦਾ ਹੈ ਕਿ ਕਿਤਾਬਾਂ ਦੀ ਚੋਣ ਦੀ ਲਾਟਰੀ ਵਿੱਚ ਅਗਰ ਇੱਕ ਅੱਧੀ ਵਾਰੀ ਕੋਈ ਚੰਗਾ ਇਨਾਮ ਨਿਕਲ ਆਉਂਦਾ ਹੈ ਤਾਂ 50 ਵਾਰ ਲਾਟਰੀ ਖਾਲੀ ਹੀ ਨਿਕਲਦੀ ਹੈ ਇਸ ਲਈ ਇਹ ਐਨ ਮناسب ਪ੍ਰਤੀਤ ਹੁੰਦਾ ਹੈ ਕਿ ਅਗਰ ਕਿਸੇ ਸਿਆਣੇ ਅਤੇ ਸੌਵਾ ਆਦਮੀ ਨੇ ਆਪਣਾ ਬਹੁਤ ਸਾਰਾ ਸਮਾਂ ਲਗਾ ਕੇ ਘਟਿਆ ਦਰਜ ਜਾਨੀ ਦਰਜੇ ਦੀਆਂ ਕਿਤਾਬਾਂ ਦੇ ਸਫੇ ਉਥਲ-ਪੁਥਲ ਕੇ ਆਖਰ ਕੋ ਚੰਗੀਆਂ ਪੁਸਤਕਾਂ ਅਜਿਹਿਆਂ ਲੱਭ ਲਈਆਂ ਹੋਣ ਜੋ ਉਸ ਨੂੰ ਸੂਝ ਦੇਣ ਵਾਲੀਆਂ ਜੇ ਸਿਆਣਪ ਵਿੱਚ ਵਾਧਾ ਕਰਨ ਵਾਲੀਆਂ ਸਾਫਤ ਹੋਈਆਂ ਹੋਣ ਤਾਂ ਦੂਜੇ ਭਰਾਵਾਂ ਦੇ ਲਾਭ ਹਿੱਤ ਉਹਨਾਂ ਨੂੰ ਉਸ ਨੂੰ ਇਹਨਾਂ ਦੇ ਨਾਮ ਪ੍ਰਕਾਸ਼ਿਤ ਕਰਵਾ ਦੇਣੇ ਚਾਹੀਦੇ ਹਨ ਇੱਕ ਗੱਲ ਹੋਈ ਇਹ ਕਹਿੰਦਾ ਇਹ ਤਾਂ ਹੋ ਗਈ ਨਾ ਵਿਦਵਾਨ ਇਹਦੇ ਨਾਲ ਉਹ ਇੱਕੋ ਗੱਲ ਹੋਰ ਕਹਿੰਦਾ ਥੋੜਾ ਜਿਆ ਠਹਿਰ ਕੇ ਉਹ ਕਹਿੰਦਾ ਇਹਨਾਂ ਤੋਂ ਸਿਵਾ ਇਕੱਲੇ ਦੁਕੱਲੇ ਕੋਈ ਹੋਰ ਪੁਸਤਕ ਪਾਠਕ ਵੀ ਬੜਾ ਲੋਕ ਭਲਾਈ ਦਾ ਕੰਮ ਕਰਨਗੇ ਜੇਕਰ ਪੜੀਆਂ ਹੋਈਆਂ ਆਪਣੀਆਂ ਕੁਝ ਚੰਗੀਆਂ ਪੁਸਤਕਾਂ ਦੇ ਸੰਖੇਪ ਅਤੇ ਚੋਣਵੇਂ ਨੋਟ ਪ੍ਰਕਾਸ਼ਿਤ ਕਰਵਾ ਸਕਣ ਇਹ ਗੱਲ ਮੈਨੂੰ ਲੱਗਦਾ ਐਮਰਸਨ ਦੇ ਵੇਲੇ ਤਾਂ ਨਹੀਂ ਕਿਸੇ ਨੇ ਮੰਨੀ ਹੋਣੀ ਆ ਕਿ ਆਮ ਪਾਠਕ ਦਾ ਕੌਣ ਛਾਪਦਾ ਪਰ ਇਹ ਗੱਲ ਮੈਨੂੰ ਲੱਗਦਾ ਕਿ ਹੁਣ ਜਿਹੜਾ ਸੋਸ਼ਲ ਮੀਡੀਆ ਤੇ ਇਹ ਗੱਲ ਲਾਗੂ ਹੋ ਰਹੀ ਆ ਜਿਹੜੇ ਵੀ ਪੁਸਤਕਾਂ ਪੜਨ ਵਾਲਿਆਂ ਦੇ ਗਰੁੱਪਾ WhatsApp Facebook ਗਰੁੱਪਾ WhatsApp ਗਰੁੱਪਾ ਉਹਦੇ ਵਿੱਚ ਜਦੋਂ ਕੋਈ ਕਿਤਾਬ ਪੜ੍ਹਦਾ ਹੈ ਕਈ ਵਾਰ ਤਾਂ ਇਹ ਦੱਸਣ ਦਾ ਮਾਰੇ ਕਿ ਮੈਂ ਵੀ ਆ ਕਿਤਾਬ ਪੜ੍ਹੀ ਆ ਉਹਦੇ ਬਾਰੇ ਜਿਹੜਾ ਹੈਗੇ ਆ ਪਹਿਰੇ ਕੋਈ ਨਾ ਕੋਈ ਦੇ ਦਿੰਦਾ ਹੈਗਾ ਵੀ ਮੈਨੂੰ ਐ ਲੱਗੀ ਇਹ ਇਉਂ ਲੱਗੀ ਸੋ ਮਤਲਬ ਮੈਂ ਕਿਉਂਕਿ ਤੁਹਾਨੂੰ ਦੱਸਿਆ ਵੀ ਇਸ ਸੰਸਥਾ ਨਾਲ ਇਸ ਤਰ੍ਹਾਂ ਨੇ ਜੁੜਿਆ ਹੋਇਆ ਜਿਹੜੀਆਂ ਕਿਤਾਬਾਂ ਦਾ ਆਪਤਿਆਰ ਕਰਦੀਆਂ ਵੀ ਕਿਤਾਬ ਸੱਭਿਆਚਾਰ ਪੈਦਾਕੋਸ਼ ਕਰਨ ਦੀ ਕੋਸ਼ਿਸ਼ ਕਰਦੀਆਂ ਸਾਡਾ ਜਿਹੜਾ ਅਨਪਵੇ ਕਹਿੰਦਾ ਕਿ ਜਿਹੜੀ ਆਮ ਧਾਰਨਾ ਨਾ ਵੀ ਸੋਸ਼ਲ ਮੀਡੀਆ ਨੇ ਤਾਂ ਜੀ ਜਮਾਂ ਖਤਮ ਕਰਤਾ ਕਿਤਾਬਾਂ ਪੜਨ ਦਾ ਸਾਨੂੰ ਲੱਗਦਾ ਵੀ ਇੱਕ ਪਾਸਿਓ ਉਹ ਜਿਹੜਾ ਹੈਗਾ ਕਿਤਾਬਾਂ ਦੇ ਪ੍ਰਚਾਰ ਦੇ ਵਿੱਚ ਸੋਸ਼ਲ ਮੀਡੀਆ ਬਹੁਤ ਸਹਾਈ ਵੀ ਹੋ ਰਿਹਾ ਬਹੁਤ ਸਾਰੀਆਂ ਕਿਤਾਬਾਂ ਬਾਰੇ ਸਾਨੂੰ ਪਹਿਲਾਂ ਪਤਾ ਵੀ ਨਹੀਂ ਸੀਗਾ ਹੁੰਦਾਗਾ ਉਹ ਕਿਤਾਬਾਂ ਦਾ ਜੇਕਰ ਸੋਸ਼ਲ ਮੀਡੀਆ ਤੇ ਕੋਈ ਫੇਸਬੁੱਕ ਤੇ ਪਾਉਂਦਾ ਹੈਗਾ ਕੋਈ ਵਟਸਐਪ ਤੇ ਪਾਉਂਦਾ ਹੈਗਾ ਸਾਨੂੰ ਪਤਾ ਲੱਗਦਾ ਅ ਅਜ ਤੋਂ ਯਾਨੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਆਉਣ ਤੋਂ ਪਹਿਲਾਂ 30 ਸਾਲ ਪਹਿਲਾਂ ਜਿਹੜੀਆਂ ਵਿਦੇਸ਼ ਦੇ ਵਿੱਚ ਜਾਂ ਕੋਈ ਹੋਰ ਸੰਸਾਰ ਪੱਧਰ ਤੇ ਜਿਹੜੀਆਂ ਪੁਸਤਕਾਂ ਕੋਈ ਛਾਪਦੀਆਂ ਸੀਗੀਆਂ ਉਹ ਵਡੇ ਸ਼ਹਿਰਾਂ 'ਚ ਦਿੱਲੀ ਬੰਬੇ ਜਾਂ ਵੱਧ ਤੋਂ ਵੱਧ ਕੋਈ ਚੰਡੀਗੜ੍ਹ ਆ ਜਾਂਦੀ ਹੁੰਨੀ ਆ ਉੱਥੇ ਆ ਜਾਂਦੀਆਂ ਸੀਗੀਆਂ ਤੇ ਫਿਰ ਜਿਹੜੇ ਸਾਡੇ ਵਿਦਵਾਨ ਲੋਕ ਆ ਉਹਦੇ 'ਚੋਂ ਪੜ੍ਹ ਕੇ ਉਹ ਸਾਡੇ ਕੋੜਕਪੂ ਦੇ ਰਾਮਪੂ ਦੇ ਬਠਿੰਡੇ ਉੱਥੇ ਆ ਕੇ ਉਹਦੇ 'ਚੋਂ ਗਿਆਨ ਦੇਂਦੇ ਸੀਗੇ ਤੇ ਸਾਨੂੰ ਲੱਗਦਾ ਸੀ ਵੀ ਇਹ ਤਾਂ ਵਾਕਿਆ ਇਨਾਂ ਕੋਲੇ ਬੜਾ ਹੈਗਾ ਵੀ ਬੜੀਆਂ ਗੱਲ ਹੁਣ ਚਾਹੇ ਉਹ ਜੁਵਲਨਵਾ ਹਰਾਰੀ ਆ ਮੈਲਾ ਦਾ ਉਹ ਇਸਦਾ ਹੈਗਾ ਤੇ ਉਹ ਆਮ ਸਧਾਰਨ ਪਾਠਕਾਂ ਦਾ ਦੀਆਂ ਵੀ ਤੁਸੀਂ ਫੇਸਬੁੱਕ ਪੋਸਟਾਂ ਤੇ ਵੇਖਦੇ ਆਂ ਵੀ ਉਹਦਾ ਜਿਕਰ ਆਉਂਦਾ ਹੈਗਾ ਇਸ ਤਰ੍ਹਾਂ ਦੇ ਜਿਹੜੇ ਹੋਦ ਚੰਤਕਾ ਸੰਸਾਰ ਪੱਧਰ ਤੇ ਅੱਜ ਕੱਲ ਚੱਲ ਚੱਲ ਉਹ ਸਾਰੇ ਸੋਸ਼ਲ ਮੀਡੀਆ ਦੇ ਉਹਨਾਂ ਨਾਲ ਸਾਡੀ ਜਾਣ ਪਛਾਣ ਹੋ ਜਾਂਦੀ ਹੈਗੀ ਆ ਇਹ ਇੱਕ ਵੱਡਾ ਫਾਇਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਦਾ ਅਸਰ ਹੋਇਆ ਹੈਗਾ ਕਿ ਕਿਤਾਬਾਂ ਪ੍ਰਤੀ ਸਾਡਾ ਜਿਹੜਾ ਹੈਗਾ ਲੈਂਕੋ ਉਹਨਾਂ ਨੂੰ ਮਗਾਉਣ ਦੇ ਢੰਗ ਉਹਨਾਂ ਬਾਰੇ ਜਾਣਕਾਰੀ ਦਾ ਇੱਕ ਸੋਮਾ ਬਣਿਆ ਹੈਗਾ। ਸੋਸ਼ਲ ਮੀਡੀਆ 'ਤੇ ਕਿਤਾਬ ਕਿਵੇਂ ਪਹੁੰਚਾਈ ਜਾਂਦੀ ਹੈ ਇਹਦੀ ਇੱਕ ਬੜੀ ਸਾਡੇ ਕੋਲੇ ਉਸ ਆਧਾਰਨਾ ਤੁਹਾਡੇ ਜੋ ਵੀ ਬਹੁਤਿਆਨੇ ਕਿਤਾਬ ਉਹ ਪੜੀ ਹੋਣੀ ਆ ਰਾਣੀ ਤਤ ਆਮ ਕਿਤਾਬਾਂ ਕਵਤਾ ਦੀਆਂ ਜਾਂ ਉਸ ਤਰ੍ਹਾਂ ਦੀ ਕਿੰਨੀ ਕਿ ਛਪਦੀ ਆ ਕੋਈ ਹਜ਼ਾਰ 2000 ਰਾਣੀ ਤਤ ਤੁਹਾਨੂੰ ਪਤਾ ਕਿੰਨੀ ਛਪ ਚੁੱਕੀ ਆ ਉਹ ਸਾਨੂੰ ਇਹ ਨਹੀਂ ਕਿ ਉਹ ਲੇਖਕ ਨੇ ਦੱਸਿਓ ਤਾਂ ਵਾਜਾ ਚੜਾ ਕੇ ਵੀ ਦੱਸ ਸਕਦੇ ਕਿਉਂਕਿ ਸਾਡਾ ਆਪਣਾ ਥੋੜਾ ਜਿਹਾ ਸਬੰਧ ਆ ਜਿੱਥੇ ਛਪਦੀਆਂ ਕਿਤਾਬਾਂ ਤੇ ਉਹਨਾਂ ਨੇ ਦੱਸਿਆ ਵੀ ਪਿੱਛੇ ਜੇ 41000 ਉਹ ਕਿਤਾਬ ਛਪ ਚੁੱਕੀ ਹੈਗੀ ਤੇ ਪਿੱਛੇ ਜੇ ਸੋਸ਼ਲ ਮੀਡੀਆ ਤੇ ਇੱਕ ਸਾਡੇ ਵਿਦਵਾਨ ਹੈਗੇ ਆ ਦੇਸਾ ਅਜ ਕਾਲੀ ਹੋਣਾ ਨਹੀਂ ਉਹਦੇ ਬਾਰੇ ਇੱਕ ਟਿੱਪਣੀ ਕਰਤੀ ਜੋ ਲੋਚਨਾ ਕਰ ਲਈ ਤੇ ਉਹ ਉਹ ਪ੍ਰਿੰਟਰ ਨੇ ਦੱਸਿਆ ਕਿ ਉਹਦੋਂ ਤੋਂ ਬਾਅਦ ਉਹਨਾਂ ਨੇ 4000 ਦਾ ਹੋਰ ਆਰਡਰ ਕਰਤਾ ਹੈਗਾ। 56 ਸੋ ਇਹ ਸੋਸ਼ਲ ਮੀਡੀਆ ਦਾ ਅਸਰ ਮਤਲਬ ਇਹ ਜਿਹੜਾ ਕਹਿਣਾ ਹੈ ਨਾ ਕਿਤਾਬਾਂ ਪੜ੍ਹਨਾ ਖਤਮ ਹੋ ਗਿਆ ਇਹ ਨਹੀਂ ਹੈ। ਕਿਤਾਬਾਂ ਕਿਉਂ ਜੀਆਂ ਪੜੀਆਂ ਜਾਂਦੀਆਂ ਇਹਦੇ ਵਿੱਚ ਫਰਕ ਬਹੁਤ ਪਿਆ ਹੈਗਾ। ਕਿਉਂਕਿ ਕਿਤਾਬਾਂ ਪਹਿਲਾਂ ਕਿਸੇ ਸਮੇਂ ਮਨੋਰੰਜਨ ਲਈ ਵੱਧ ਪੜੀਆਂ ਜਾਂਦੀਆਂ ਸੀ। ਗੁਲਸ਼ਨ ਅੰਦਾ ਦੇ ਨਾਵਲ ਸੀ ਘਰ-ਘਰ ਪੜੇ ਜਾਂਦੇ ਸੀ। ਲੱਖਾਂ ਦੀ ਗਿਣਤੀ 'ਚ ਛਪਦੇ ਸੀ। ਜਸੂਸੀ ਨਾਵਲ ਸੀਗਾ ਜਸੂਸੀ ਨਾਵਲ ਅਸੀਂ ਖੁਦ ਯਾਨੀ ਕਿਰਾਏ ਤੇ 25 ਪੈਸੇ ਚਵਾਨੀ ਉਦੋਂ ਕਹਿੰਦੇ ਸੀ ਉਹ ਰੋਜ਼ ਦੇ ਕੇ ਮਤਲਬ ਪੜਦੇ ਰਹੇ ਹੈਗੇ ਆ ਰੋਜ਼ ਦੇ ਦੋ ਦੋ ਪੜਦੇ ਨੇ ਜਸੂਸੀ ਨਾਵਲ ਪੜੇ ਜਾਂਦੇ ਸੀ ਇਸ ਤਰ੍ਹਾਂ ਨੇ ਗੁਲਸ਼ਨ ਨੰਦਾ ਤੇ ਹੋਰ ਦੋ ਚਾਰ ਜਿਹੜੇ ਉਸ ਸਮੇਂ ਮਤਲਬ ਉਸ ਤਰ੍ਹਾਂ ਦੇ ਪੜੇ ਜਾਂਦੇ ਸੀ ਉਦੋਂ ਮਨੋਰੰਜਨ ਵਾਸਤੇ ਹੁਣ ਮਨੋਰੰਜਨ ਦੇ ਸਾਧਨ ਸਾਡੇ ਕੋਲੇ ਟਾਈਮ ਪਾਸ ਕਰਨ ਲਈ ਸਾਧਨ ਹੋਰ ਬਹੁਤ ਆ ਗਏ ਇਸ ਕਰਕੇ ਉਸ ਕਿਸਮ ਦੀਆਂ ਕਿਤਾਬਾਂ ਦੇ ਜਿਹੜੀ ਹੈਗੀ ਆ ਪੜਨਾ ਘਟਿਆ ਹੁਣ ਜਿਹੜਾ ਹੈਗਾ ਅਸੀਂ ਉਹ ਪੜਨੇ ਆ ਜਿੱਥੋਂ ਸਾਨੂੰ ਕੁਝ ਹਾਸਲ ਹੋਵੇ ਸਾਡੀ ਕੋਈ ਕੁਦਰਤ ਪ੍ਰਤੀ ਸਮਝ ਵਿੱਚ ਵਾਧਾ ਹੋਵੇ ਮਨੁੱਖੀ ਸਮਾਜ ਪ੍ਰਤੀ ਸਮਝ ਵਿੱਚ ਵਾਧਾ ਹੋਵੇ ਭਾਵਨਾਵਾਂ ਦੀ ਕੋਈ ਤ੍ਰਿਪਤੀ ਹੋਵੇ ਜਾਂ ਉਂਝ ਹੀ ਜਿਵੇਂ ਹੈਗੀਆਂ ਇਹੋ ਜਿਹੀਆਂ ਕਿਤਾਬਾਂ ਰਹਿਣ ਕਥਾਉ ਨਾਹੀ ਜਾਏ ਰਾਣੀ ਤਤ ਟਾਈ ਪੈਨਾਂ ਤੋਂ ਯਾਨੀ ਉਹੀ ਸੰਦੀ ਹੋਂਦ ਨੂੰ ਜਿਹੜਾ ਹੈਗਾ ਮਾਨਨ ਦੀ ਕੋਈ ਭਾਵਨਾ ਮ ਲੋਕਾਂ ਤੋਂ ਤਸ਼ਤੀ ਹੁੰਦੀ ਹੋਵੇ ਇਸ ਤਰ੍ਹਾਂ ਦੀਆਂ ਕਿਤਾਬਾਂ ਹੁਣ ਵੀ ਜਿਹੜੀਆਂ ਹੈਗੀਆਂ ਉਹ ਬਹੁਤ ਪੜੀਆਂ ਜਾਂਦੀਆਂ ਜਿਵੇਂ ਕਿਤਾਬ ਦਾ ਜਿਹੜਾ ਹੈਗਾ ਕੰਟੈਂਟ ਬਦਲਿਆ ਵੀ ਜਿਹੜੀਆਂ ਪਾਪੂਲਰ ਕਿਤਾਬਾਂ ਦਾ ਹੁੰਦਾ ਯਾਨੀ ਇੱਕ ਹੋ ਕੰਟੈਂਟ ਬਦਲਿਆ ਵੀ ਉਸ ਤਰ੍ਹਾਂ ਦੀਆਂ ਪੜੀਆਂ ਜਾਂਦੀਆਂ ਐਵੇਂ ਉਹਦਾ ਰੂਪ ਬਦਲ ਗਿਆ ਇਹਨੀਆਂ ਕਿਤਾਬ ਮਤਲਬ ਮੈਂ ਇਹ ਵਾਰ-ਵਾਰ ਕਹਿੰਦਾ ਵੀ ਕਿਤਾਬ ਖਤਮ ਹੋਣ ਦੀ ਧਾਰਨਾ ਗਲਤ ਹੈਗੀ ਆ ਕਿਤਾਬ ਕਿਸੇ ਸਮੇਂ ਉਹ ਉਹਨਾਂ ਤਾੜ ਪੱਤਰਾਂ ਤੇ ਭੋਜ ਪੱਤਰਾਂ ਤੇ ਲਿਖੀ ਜਾਂਦੀ ਸੀਗੀ ਜਾਨਵਰਾਂ ਦੀਆਂ ਖੱਲਾਂ ਤੇ ਲਿਖਿਆ ਜਾਂਦਾ ਸੀ ਅੱਖਰ ਫਿਰ ਕਾਗਜ਼ ਆ ਗਿਆ ਬਹੁਤ ਜਿਆਦਾ ਵੱਡੀ ਗਿਣਤੀ ਛਪਣ ਲੱਗੀਆਂ ਸਾਡੇ ਮਨ ਦੇ ਵਿੱਚ ਇਹੀ ਹੋ ਗਿਆ ਕਿ ਜਿਹੜੀ ਕਾਗਜ਼ ਤੇ ਆ ਲਿਖਿਆ ਉਹੀ ਕਿਤਾਬ ਹੈਗੀ ਹੁਣ ਈ-ਬੁੱਕਾਂ ਜਿਹੜੀ ਹੈਗੀ ਐ ਈ-ਬੁੱਕ ਕਿੰਡਲ ਤੇ ਬਹੁਤ ਪੜ੍ਹੀ ਜਾਂਦੀ ਉਹਦੇ ਉਸ ਰੂਪ ਚ ਪੜੀਗੀ ਰੂਪ ਬਦਲ ਗਈ ਈ-ਬੁੱਕ ਹੋਗੀ ਆਡੀਓ ਬੁੱਕਸਾ ਪੰਜਾਬੀ ਆਡੀਓ ਬੁੱਕਸਾ ਮੈਂ ਤਾਂ ਆਪ ਹੈਰਾਨ ਲੱਗ ਮੈਨੂੰ ਐ ਲੱਗਦਾ ਸੀਗਾ ਵੀ ਕਿਤਾਬ ਜਾਂ ਸੁਣਨੀ ਹੁ ਨਾਵਲ ਕਿਹੜਾ ਸੁਣੂੰਗਾ ਕਹਾਣੀ ਕਿਹੜਾ ਸੁਣੂੰਗਾ ਇੱਥੇ ਦਵਿੰਦਰ ਕੌਰ ਸੈਣੀ ਆ ਲੁਧਿਆਣੇ ਰਹਿੰਦੇ ਆ ਤੇ ਉਹ ਪੰਜਾਬੀ ਆਡੀਓ ਬੁੱਕਸ ਉਹ ਉਹ ਆਵਾਜ਼ ਦੀ ਬਾਤ ਚ ਹੋਰ ਵੀ ਇੱਕ ਦੋ ਮੇਰਾ ਖਿਆ ਲੇਡੀ ਜਿਹੜੀਆਂ ਆਡੀਓ ਬੁੱਕਸ ਨਾਵਲ ਕਹਾਣੀਆਂ ਕਰਦੇ ਆ ਤੇ ਮੈਂ ਜਦੋਂ ਉਹਦੇ ਵੀਊਜ਼ ਵੇਖੇ ਤਾਂ ਚਲੋ ਆਮ ਨਾਵਲਾਂ ਵਗੈਰਾ ਇਹ ਤਾਂ ਘਾਟਾ ਮੈਨੂੰ ਲੱਗਦਾ ਨਾਵਲ ਤਾਂ ਸਾਰਾ ਸੁਣਨਾ ਵੀ ਔਖਾ ਹੁੰਦਾ ਪਰ ਜਿਹੜੇ ਸਾਡੇ ਕਿਤਾਬਾਂ ਦੇ ਵਿੱਚ ਪਪੂਲਾ ਰਾਈਟਰ ਆ ਉਹਨਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਉਹ ਆਡੀਓ ਸੁਣੀਆਂ ਗਈਆਂ ਨਰਿੰਦਰ ਸਿੰਘ ਕਪੂਰ ਹੋਰਾਂ ਦੀ ਆਡੀਓ ਬਹੁਤ ਮਤਲਬ ਸੁਣੀਆਂ ਗਈਆਂ ਕਿਉਂਕਿ ਉਹ ਛੋਟੇ ਛੋਟੇ ਟੋਟਕੇ ਹੈਗੇ ਆ ਜੋ ਇਸ ਤਰ੍ਹਾਂ ਕਿਤਾਬ ਖਤਮ ਨਹੀਂ ਹੋ ਰਹੀ ਕਿਤਾਬ ਰੂਪ ਬਦਲ ਰਹੀ ਹੈ ਕਿਸੇ ਵੀ ਰੂਪ ਦੇ ਵਿੱਚ ਕਿਤਾਬ ਹੁਣ ਇਹਦੇ ਵਿੱਚ ਇਹ ਹੈਗਾ ਕਿ ਸਾਡੇ ਕੋਲੇ ਜਦੋਂ ਟੈਲੀਵਿਜ਼ਨ ਹੈਗਾ ਫਿਲਮ ਹੈਗੀ ਆ ਉਹਦੇ ਰਹੀਂ ਅਸੀਂ ਉਹ ਸਾਰਾ ਕੁਝ ਕੋਈ ਕਹਾਣੀ ਆ ਅਸੀਂ ਉਹਦੇ ਰਹੀਂ ਆ ਮੰਨ ਲਓ ਦਿਲਚਸਪ ਟੰਗ ਨਾਲ ਵੇਖ ਲੈਨੇ ਆ ਪਰ ਇਹਦੇ ਵਿੱਚ ਬਹੁਤ ਫਰਕ ਹੈ ਜਦੋਂ ਤੁਸੀਂ ਟੀਵੀ ਤੇ ਵੇਖਦੇ ਆ ਕੋਈ ਵੀਡੀਓ ਵੇਖਦੇ ਆ ਫਿਲਮ ਦੇਖਦੇ ਆ ਉਹਦੇ ਵਿੱਚ ਤੁਸੀਂ ਸਿਰਫ ਇੱਕ ਉਹਨਾਂ ਦੇ ਵਿਚਾਰਾਂ ਨੂੰ ਜੋ ਕੁਛ ਹੋ ਉਹਦੇ ਵਿੱਚ ਆ ਉਹ ਗ੍ਰਹਿਣ ਕਰਨ ਦਾ ਇੱਕ ਸੰਦ ਬਣ ਕੇ ਰਹਿ ਜਾਂਦੇ ਆ ਗ੍ਰਹਿ ਨਹੀਂ ਕਰਦੇ ਆ ਉਹਦੇ ਵਿੱਚ ਖੁਦ ਤੁਹਾਡਾ ਕੋਈ ਰੋਲ ਨਹੀਂ ਹੁੰਦਾਗਾ ਉਹ ਤੁਹਾਡੀਆਂ ਸਾਰੀਆਂ ਸੈਂਸਸ ਉਹਦੇ ਵਿੱਚ ਕਾਬੂ ਹੋ ਜਾਂਦੀਆਂ ਤੇ ਜੋ ਉਹ ਬਣਾਉਣ ਵਾਲਾ ਉਹ ਵੀਡੀਓ ਆਡਿਓ ਜਾਂ ਜੋ ਵੀ ਹੈ ਆਡਿਓ ਨਹੀਂ ਵੀਡੀਓ ਜਾਂ ਮਤਲਬ ਫਿਲਮ ਬਣਾਉਣ ਵਾਲਾ ਉਹ ਜਿਸ ਢੰਗ ਨਾਲ ਉਹਨੂੰ ਪੇਸ਼ ਕਰਦਾ ਉਵੇਂ ਤੁਸੀਂ ਉਹ ਗ੍ਰੈਂਡ ਕਰੀ ਜਾਂਦੇ ਆ ਤੁਹਾਡਾ ਕਥਾਰਸ ਹੋ ਜਾਂਦਾ ਤੇ ਇੱਕ ਵਾਰ ਤੁਹਾਨੂੰ ਉਹ ਦਿਲਚਸਪ ਲੱਗਦਾ ਪਰ ਉਹਦਾ ਬਹੁਤਾ ਵੱਡਾ ਅਸਰ ਨਹੀਂ ਹੁੰਦਾ ਕਾਰਨ ਕੀ ਆ ਕਿ ਜਦੋਂ ਤੁਸੀਂ ਕਿਤਾਬ ਪੜ੍ਹਦੇ ਆ ਉਦੋਂ ਤੁਸੀਂ ਉਹ ਦ੍ਰਿਸ਼ ਖੁਦ ਸੋਚਦੇ ਆ ਕਿਤਾਬ ਦੇ ਵਿੱਚ ਤੁਸੀਂ ਨਾਵਲ ਪੜ੍ਹ ਰਹੇ ਆ ਕਿਸੇ ਜਗ੍ਹਾ ਦਾ ਵਰਣਨ ਤੁਹਾਡੇ ਮਨ ਦੀ ਕਲਪਨਾ ਦੇ ਵਿੱਚ ਦਿਮਾਗ ਦੇ ਵਿੱਚ ਉਹ ਸਾਰਾ ਦ੍ਰਿਸ਼ ਤੁਸੀਂ ਖੁਦ ਸਿਰਜਦੇ ਆ ਵੀ ਹਾਂ ਵੀ ਇਸ ਤਰ੍ਹਾਂ ਹੋਊਗਾ ਐ ਹੋਊਗਾ ਪਰ ਇਹਦੇ ਵਿੱਚ ਥੋੜੀ ਉਹ ਆਪ ਦੀ ਸਿਰਜਣਸ਼ੀਲਤਾ ਜਿਹੜੀ ਹੈਗੀ ਹੈ ਸਜਨਾਤਮਕਤਾ ਉਹ ਬਿਲਕੁਲ ਨਹੀਂ ਹੁੰਦੀਗੀ ਇਸ ਕਰਕੇ ਜਿਹੜਾ ਕਿਤਾਬ ਪੜ੍ਹਨ ਦਾ ਅਸਰ ਆ ਉਹ ਵੱਖਰਾ ਹੁੰਦਾ ਤੇ ਮੈਨੂੰ ਇਹ ਵੀ ਲੱਗਦਾ ਕਿ ਉਹ ਵੱਧ ਹੁੰਦਾ ਤੇ ਉਹ ਜਿਆਦਾ ਉਹਨੂੰ ਅਸੀਂ ਗੰਭੀਰਤਾ ਦੇ ਨਾਲ ਜਿਹੜਾ ਹੈਗਾ ਦੇਖਦੇ ਆਂ ਦੂਜੀ ਗੱਲ ਇਹ ਆ ਕਿ ਸਹਿਦ ਦੇ ਵਿੱਚ ਥੋੜੀ ਜੀ ਜਿਹੜੀ ਹੈਗੀ ਨਾ ਸ਼ੁੱਧਤਾ ਇਮਾਨਦਾਰੀ ਉਹ ਵੱਧ ਰਹੀ ਜਾਂਦੀ ਹੈ ਕਿਉਂਕਿ ਇਹ ਮੰਡੀ ਦੀਆਂ ਤਾਕਤਾਂ ਦੇ ਲਈ ਇਹ ਬਹੁਤਾ ਕੋਈ ਚੰਗਾ ਵਿਸ਼ਾ ਨਹੀਂ ਕਦੇ-ਕਦੇ ਹੁੰਦਾ ਕੁਝ ਕਿਤਾਬਾਂ ਜਿਵੇਂ ਅੰਗਰੇਜ਼ੀ ਦੀਆਂ ਹੈਰੀ ਪੌਟਰ ਵਗੈਰਾ ਕੋ ਵੱਡੇ ਬਿਜ਼ਨਸ ਕਰ ਜਾਂਦੀਆਂ ਤੇ ਨਹੀਂ ਤਾਂ ਇਹ ਬਹੁਤ ਮਤਲਬ ਇੱਕ ਦਾ ਵਰਗ ਜਿਹੜਾ ਹੈਗਾ ਉਹ ਉਹਦੇ ਵਿੱਚੋਂ ਕੋਈ ਵੱਡੇ ਮੁਨਾਫੇ ਹੈ ਨਹੀਂ ਇਸ ਕਰਕੇ ਮੰਡੀ ਦਾ ਇਹਦੇ ਤੇ ਬਹੁਤਾ ਹਮਲਾ ਨਹੀਂ ਹੋ ਰਿਹਾ ਦੂਜੇ ਪਾਸੇ ਟੀਵੀ ਚੈਨਲ ਚਲਾਉਣਾ ਹੈ ਉੱਥੇ ਕੋਈ ਸਹਿਤਕ ਕਰਤ ਪੇਸ਼ ਕਰਨੀ ਆ ਫਿਲਮ ਕਿਸੇ ਚਾਹੇ ਸਹਿਤਕ ਕਰਤੇ ਹੀ ਬਣੇ ਉਹਦੇ ਚ ਜਿੰਨਾ ਪੈਸਾ ਲੱਗਦਾ ਉਹ ਸਾਰਾ ਪੂਰਾ ਕਰਨ ਵਾਸਤੇ ਉਹਨਾਂ ਨੂੰ ਉਹਦੇ ਵਿੱਚ ਕੁਝ ਹੋਰ ਮਿਕਸ ਕਰਨਾ ਪੈਂਦਾ ਉਹਨੂੰ ਵਿਗਾੜਨਾ ਪੈਂਦਾ ਲੋਕਾਂ ਦੇ ਸੋਚ ਸਵਾਦਾਂ ਦੇ ਅਨੁਸਾਰ ਕਰਨਾ ਪੈਂਦਾ ਇਹ ਤੁਸੀਂ ਕਿਸੇ ਵੀ ਸਹਿਤਕ ਕਰਤੇ ਤੇ ਫਿਲਮ ਦੇਖ ਲਓ ਉਹ ਮੂਲ ਨਾਲੋਂ ਬਹੁਤ ਉਹਨੂੰ ਵੱਖਰਾ ਤੇ ਕਈ ਵਾਰੀ ਜਿਵੇਂ ਹੀ ਉਹਦਾ ਮਤਲਬ ਜੋ ਮੂਲ ਲਿਖਤ ਚ ਕਹਿਣਾ ਚਾਹੁੰਦਾ ਹੁੰਦਾ ਹੈਗਾ ਉਹ ਫਿਲਮ ਦੇ ਵਿੱਚ ਤੁਹਾਨੂੰ ਉਹ ਨਜ਼ਰ ਨਹੀਂ ਆਉਂਦਾਗਾ ਇਹ ਤੁਸੀਂ ਮਤਲਬ ਮੈਂ ਤਾਂ ਹੀ ਜਿਹੜੀ ਅਦੋਸਟੋਵਸਕੀ ਵਾਲੀ ਉਦਾਹਰਨ ਦਿੱਤੀ ਆ ਜਾਵੋਈ ਮਟ ਵਗੈਰਾ ਦੇ ਵਿੱਚ ਉਹ ਗੱਲਾਂ ਨਹੀਂ ਹੈਗੀਆਂ ਉੱਥੇ ਸਾਡਾ ਧਿਆਨ ਹੋਰ ਪਾਸੇ ਜਿਹੜਾ ਹੈਗਾ ਹੁੰਦਾ ਸੋ ਇਹ ਮਤਲਬ ਜਿਹੜਾ ਹੈਗਾ ਨਾ ਮੰਡੀ ਦੀਆਂ ਤਾਕਤਾਂ ਦਾ ਵੀ ਜਿਹੜਾ ਹੈਗਾ ਨਾ ਧਖਲ ਕਿਤਾਬਾਂ ਦੇ ਵਿੱਚ ਘੱਟ ਹੋਣ ਕਰਕੇ ਇੱਥੇ ਲੋਕਾਂ ਨਾਲ ਜੁੜੇ ਜਿਹੜੇ ਆ ਆਮ ਜਨਤਾ ਨਾਲ ਜਾਂ ਹਾਸ਼ੀਏ ਤੇ ਜਿਹੜੇ ਲੋਕ ਆ ਉਹਨਾਂ ਦੇ ਸਰੋਕਾਰਾਂ ਦਾ ਜਿਹੜਾ ਹੈਗਾ ਜੇਕਰ ਫਿਕਰ ਆ ਉਹ ਇਹਨਾਂ ਦੇ ਵਿੱਚ ਸੋ ਹੁਣ ਉਹੀ ਸਵਾਲ ਜਿਹੜਾ ਅਸਲ ਦੇ ਵਿੱਚ ਮੂਲ ਸਵਾਲ ਮੈਂ ਕੀਤਾ ਸੀਗਾ ਕਿ ਕਿਤਾਬਾਂ ਲੱਖਾਂ ਉਹਦੇ ਵਿੱਚੋਂ ਚੋਣ ਫਿਰ ਕਿਸ ਆਧਾਰ ਤੇ ਹੋਵੇ ਵੀ ਵਿਦਵਾਨ ਵੀ ਕਈ ਵਾਰੀਆਂ ਆਪ ਦਾ ਜੋ ਟੇਸਟ ਹੁੰਦਾ ਆਪਦੇ ਵਿਚਾਰ ਹੁੰਦੇ ਆ ਉਹੀ ਦੇ ਦਿੰਦੇ ਆ ਹੋਰ ਵੀ ਅਸਲ ਗੱਲ ਇਹ ਆ ਕਿ ਸਾਡਾ ਜ਼ਿੰਦਗੀ ਦਾ ਮਤਲਬ ਮਕਸਦ ਕੀ ਆ ਅਸੀਂ ਕਿਤਾਬ ਕਾਦੇ ਵਾਸਤੇ ਪੜ੍ਹਨੀ ਚਾਹੁੰਨੇ ਆ ਇਹ ਗੱਲ ਤੇ ਬਹੁਤ ਨਿਰਪਰ ਕਰਦਾ ਅ ਦੂਸਰੀ ਕਵੀ ਹੋਇਆ ਯਰ ਤੋਸ਼ੈਂਕੋ ਜਿਨ੍ਹਾਂ ਦੀ ਅੰਸੂਗਰ ਤੇਜ ਹੁੰਦਾ ਨੇ ਵੀ ਗੱਲ ਕੀਤੀ ਸੀ ਕਿ ਉਹਨਾਂ ਦੀ ਇੱਕ ਆਤਮ ਕਥਾ ਹੈ ਕਵੀ ਦੀ ਆਤਮ ਕਥਾ ਜਿਹੜੀ ਮੈਂ ਅਨਵਾਦ ਕੀਤੀ ਆ ਉਹਦੇ ਚ ਇੱਕ ਬੜਾ ਦਿਲਚਸਪ ਜੇਕਰ ਆਉਂਦਾ ਹੈ ਕਿ ਉਹ ਕਿਸੇ ਕਿਤਾਬਾਂ ਦੀ ਦੁਕਾਨ ਤੇ ਬੈਠਾ ਹੁੰਦਾ ਉਹਦੇ ਵੀ ਨਵੀਂ ਕਿਤਾਬ ਛਪ ਕੇ ਆਈ ਹੁੰਦੀ ਆ ਉਹ ਢੇਰੀ ਲੱਗੀ ਹੁੰਦੀ ਆ ਉਹਨੂੰ ਲੱਗਦਾ ਵੀ ਉੱਥੇ ਕੋਈ ਪਾਠਕ ਆਉਂਦਾ ਹੈ ਕਵਿਤਾ ਦਾ ਪਾਠਕ ਉਹ ਕਿਤਾਬਾਂ ਦੇ ਵਰਕੇ ਫਰੋਲਦਾ ਉਹਦੀ ਕਿਤਾਬ ਦੇ ਵੀ ਜਦੋਂ ਚੱਕਦਾ ਤੇ ਉਹਨੂੰ ਲੱਗਦਾ ਵੀ ਇਹ ਕਿਤਾਬ ਇਹਨੂੰ ਵਧੀਆ ਲੱਗੂਗੀ ਹਰੇਕ ਨੂੰ ਲੱਗਦਾ ਹੁੰਦਾ ਮੇਰੀ ਲਿਖੀ ਕਿਤਾਬ ਵਧੀਆ ਉਹ ਕਿਤਾਬ ਚੱਕਦਾ ਉਹਦੀਆਂ ਦੋ ਚਾਰ ਵਿੱਚੋਂ ਪੜ੍ਹਦਾ ਪੜ੍ਹ ਕੇ ਉਹ ਪਾਸੇ ਰੱਖ ਦਿੰਦਾ ਉਹ ਕਿਉਂਕਿ ਜਿਹੜਾ ਦੁਕਾਨ ਵਾਲਾ ਹੈ ਉਹਨੂੰ ਪਤਾ ਹੈਗਾ ਵੀ ਇਹਦਾ ਲੇਖਕ ਵੀ ਇੱਥੇ ਬੈਠਾ ਹੈ ਉਹਨਾਂ ਦਾ ਕਿਵੇਂ ਇਹ ਕਿਤਾਬ ਤਾਂ ਵਧੀਆ ਨਹੀਂ ਤੈਨੂੰ ਚੰਗੀ ਲੱਗੀ ਉਹਾਂ ਦਾ ਨਹੀਂ ਆਂਦਾ ਕਿਉਂ ਆਂਦਾ ਗੱਲ ਇਹ ਆ ਵੀ ਮੈਂ ਜਿਹੜੀ ਕਿਤਾਬ ਆ ਉਹ ਆਪਦੀ ਜਿਹੜੀ ਹੈਗੀ ਆ ਪ੍ਰੇਮ ਕਾ ਵਾਸਤੇ ਲੈਣੀ ਚਾਹਣਾ ਤੇ ਉਹ ਜਿਹੜੀ ਹੈ ਨਾ ਅੱਜ ਕੱਲ ਉਹ ਬਹੁਤ ਜ਼ਿੰਦਗੀ ਤੋਂ ਨਿਰਾਸ਼ ਹੋਈ ਪਈ ਹੈਗੀ ਨਿਰਾਸ਼ਾ ਵਿੱਚ ਗੱਲਾਂ ਕਰਦੀ ਆ ਕਦੇ ਸੁਸਾਈਸਾਈਡ ਦੀ ਗੱਲ ਕਰਦੀ ਆ ਮੈਂ ਇਹੋ ਜੀ ਕਿਤਾਬ ਚਾਹਣਾ ਹੈ ਇਹੋ ਜੀ ਕਵਿਤਾ ਚਾਹਣਾ ਹੈ ਜਿਹੜੀ ਉਹਦੇ ਚ ਜ਼ਿੰਦਗੀ ਜਿਉਣ ਦਾ ਮਨ ਲੋ ਇੱਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਖਿੱਚ ਪੈਦਾ ਕਰ ਦੇ ਉਹਦੇ ਚ ਉਤਸ਼ਾਹ ਪੈਦਾ ਕਰ ਦੇ ਉਹਨੂੰ ਜ਼ਿੰਦਗੀ ਦੇ ਅਰਥ ਸਮਝ ਆਉਣ ਇਸ ਤਰ੍ਹਾਂ ਦੀ ਕਿਤਾਬ ਚਾਹਣਾ ਹੈ ਇਹਦੇ ਵਿੱਚ ਤਾਂ ਇਹੋ ਜਿਹਾ ਕੁਝ ਵੀ ਨਹੀਂਗਾ ਉਹਨੂੰ ਜਦੋਂ ਸ਼ੈਂਕੋ ਨੂੰ ਉੱਥੇ ਬੈਠੇ ਨੂੰ ਤਾਂ ਬੜਾ ਇੱਕ ਵਾਰੀ ਗੁੱਸਾ ਜਿਹਾ ਹੁੰਦਾ ਪਰ ਉਹ ਜਦੋਂ ਘਰੇ ਜਾ ਕੇ ਫੇਰ ਕਿਤਾਬ ਆਪਦੀਆਂ ਕਵਤਾਵਾਂ ਫਰੋਲਦਾ ਤਾਂ ਉਹਨੂੰ ਲੱਗਦਾ ਯਾਰ ਵਾਕਈ ਮੈਂ ਤਾਂ ਉਹੀ ਜਿਹੜੀਆਂ ਹੈਗੀਆਂ ਸਰਕਾਰ ਦੀਆਂ ਨੀਤੀਆਂ ਦੀਆਂ ਗੱਲਾਂ ਕੀਤੀਆਂ ਹੈਗੀਆਂ ਜਰਨਲ ਜੀਆਂ ਗੱਲਾਂ ਕੀਤੀਆਂ ਹੈਗੀਆਂ ਵਾਕਿਆ ਮੇਰੀ ਹਫ਼ਤਾ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਜਿਹੜਾ ਕਿਸੇ ਦੀ ਜ਼ਿੰਦਗੀ 'ਚ ਉਤਸ਼ਾਹ ਪਾ ਸਕੇ ਸੋ ਉੱਥੇ ਉਹਦਾ ਮਕਸਦ ਜਿਹੜਾ ਖਰੀਦਦਾਰ ਸੀਗਾ ਉਹਦਾ ਇਹ ਸੀਗਾ ਕਿ ਉਹ ਜਿਹੜਾ ਜ਼ਿੰਦਗੀ ਦੇ ਵਿੱਚ ਉਤਸ਼ਾਹ ਭਰਨ ਵਾਲੀ ਹੋਵੇ ਸੋ ਉਹਨੂੰ ਉਸ ਤਰ੍ਹਾਂ ਦੀ ਚਾਹੀਦੀ ਸੀ ਜੇ ਕੋਈ ਬੰਦਾ ਕਿਸੇ ਨੂੰ ਧਾਰਮਿਕ ਪਾਸੇ ਗਿਆਨ حاصل ਤਾਂ ਉਹ ਧਰਮ ਗ੍ਰੰਥ ਲਊਗਾ ਜਾਂ ਉਸ ਤਰ੍ਹਾਂ ਦਾ ਧਾਰਮਿਕ ਸਹਿਤ ਲਊਗਾ ਜਾਂ ਇਹ ਹੋਊਗਾ ਕਿ ਆ ਕੋਈ ਜ਼ਿੰਦਗੀ ਬਲਾਸਰ ਗਿਆ ਉਹਨਾਂ ਦੇ ਚਨਾਵਾ ਵਧੀਆਂ ਵੀ ਉਹੋ ਲੱਗਣਗੇ ਜਿਹਨੇ ਕੋਈ ਬਿਜ਼ਨਸ ਦੇ ਵਿੱਚ ਤਰੱਕੀ ਕਰਨੀ ਆ ਉਹ ਫਿਰ ਸਵੈਟ ਮਾਰਨ ਜਾਂ ਇਸ ਤਰ੍ਹਾਂ ਦੀਆਂ ਕੋਈ ਜਿਹੜੇ ਹੈਗੇ ਆ ਲੋਕਾਂ ਨੂੰ ਉਹ ਕਿਵੇਂ ਮਤਲਬ ਜਿੱਤੀ ਗਏ ਆ ਆਪਦੇ ਅੱਕ ਦੇ ਵਿੱਚ ਹੈ ਨਾ ਉਹ ਇਸ ਤਰ੍ਹਾਂ ਦੀਆਂ ਕਿਤਾਬਾਂ ਪੜੂਗਾ ਸੋ ਸਾਡਾ ਜਿਹੜਾ ਮਤਲਬ ਮਕਸਦ ਕਿਤਾਬਾਂ ਦੇ ਤੂੰ ਜਿਹੜਾ ਜਿਹੜਾ ਉਹ ਕਿਤਾਬਾਂ ਦਾ ਜਾਂ ਸਿਹਤ ਦਾ ਉੱਤਮ ਮਕਸਦ ਹੈ ਇਹ ਆ ਕਿ ਉਹ ਬੰਦੇ ਨੂੰ ਤੇ ਸਮਾਜ ਨੂੰ ਬਿਹਤਰ ਬਣਾਉਣ ਵਾਲ ਜਿਹੜੀਆਂ ਸਿਹਤ ਹੈ ਜਿਹੜੀਆਂ ਮਨੁੱਖ ਨੂੰ ਵਧੀਆ ਬਣਾ ਦੇਣ ਸਮਾਜ ਨੂੰ ਵਧੀਆ ਬਣਾਉਣ ਉਹ ਕਿਤਾਬਾਂ ਜਿਹੜੀਆਂ ਹੈਗੀਆਂ ਇਹਦੇ ਬਾਰੇ ਮੈਂ ਇੱਕ ਆਖਿਰ ਦੇ ਵਿੱਚ ਨਾ بڑا ਮਤਲਬ ਕਿਸੇ ਜਮ੍ਹਾਂ ਸਧਾਰਨ ਬੰਦੇ ਦਾ ਡਾਇਲੌਗ ਹੀ ਸੀ ਪਰ ਉਹ ਮੈਨੂੰ ਲੱਗਦਾ ਵੀ ਕਿਤਾਬ ਕਿਹੋ ਜੀ ਹੋਣੀ ਚਾਹੀਦੀ ਵਧੀਆ ਕਿਹੋ ਜੀ ਹੁੰਦੀ ਆ ਉਹਦੇ ਬਾਰੇ ਉਹਦੋਂ ਵਧੀਆ ਉਹਦੀ ਪਰਭਾਸ਼ਾ ਨਹੀਂ ਹੋ ਸਕਦੀ ਉਹ ਗੱਲ ਆਏ ਹੋਈ ਕਿ ਮੈਂ ਇੱਕ ਬੁੱਕ ਸੈਂਟਰ ਤੇ ਬੈਠਾ ਸੀਗਾ ਸਾਡਾ ਹੀ ਹੈ ਉੱਥੇ ਜੈਤੋਂ ਨੇੜੇ ਇੱਕ ਪਿੰਡ ਹੈਗਾ ਕੋਟਲੀਆ ਬਲੂ ਉਥੋਂ ਤਿੰਨ ਜਾਨੇ ਆਉਂਦੇ ਆ ਤਿੰਨੇ ਨੌਜਵਾਨ ਮੁੰਡੇ ਹੁੰਦੇ ਹੈਗੇ ਆ ਉਹਨਾਂ 'ਚੋ ਇੱਕ ਜਣਾ ਆ ਕੇ ਕਿਤਾਬਾਂ ਲੈਣ ਆਉਂਦੇ ਆ ਪਿੰਡ ਦੀ ਮਤਲਬ ਉਹਦੀ ਸਾਂਝੀ ਕੋਈ ਉਹਨਾਂ ਨੇ ਲਾਇਬ੍ਰੇਰੀ ਬਣਾਈ ਹੁੰਦੀ ਹੈਗੀ ਆ ਸਸਤਾ ਬਣਾਈ ਹੁੰਦੀ ਹੈਗੀ ਉਹਦੇ 'ਚੋ ਇੱਕ ਆ ਕੇ ਕੁਰਸੀ ਦੇ ਉੱਤੇ ਬਹਿ ਜਾਂਦਾ ਲਾਤੇ ਲਾਤ ਰੱਖ ਕੇ ਤੇ ਮਤਲਬ ਜਿਵੇਂ ਹੁੰਦੇ ਆ ਨਾ ਬੇਪਰਵਾਹ ਜਿਹੇ ਅੰਦਾਜ਼ ਦੇ ਵਿੱਚ ਤੇ ਦੂਜੇ ਦੋ ਜਣੇ ਰੈਕ ਤੋਂ ਕਿਤਾਬਾਂ ਵੇਖਣ ਲੱਗ ਪੈਂਦੇ ਉਹ ਜਿਹੜਾ ਬੈਠਾ ਮੈਨੂੰ ਲੱਗਿਆ ਵੀ ਇਹਨੂੰ ਉਹੀ ਇਹਨਾਂ ਦੇ ਯਾਰ ਦੋਸਤ ਕਰਕੇ ਨਾਲ ਲੈ ਆਇਆ ਫਰਮੈਂ ਥੋੜੇ ਚਿਰ ਪਿੱਛੋਂ ਵੇਖਦਾ ਐ ਵੀ ਉਹ ਜਿਹੜੀ ਕਿਤਾਬ ਚੱਕਦੇ ਆ ਉਹ ਨੂੰ ਵਿਖਾਉਂਦੇ ਆ ਵੀ ਆਹ ਲੈ ਲੀਏ ਆਹ ਠੀਕ ਆ ਉਹ ਕਿਸੇ ਦਾ ਹਾਂ ਕਹਿੰਦਾ ਕਿਸੇ ਦਾ ਕਹਿੰਦਾ ਹਾਂ ਠੀਕ ਆ ਇੱਕ ਉਹ ਕਿਤਾਬ ਚੱਕਦਾ ਹੈ ਹਾਂ ਉਹ ਚੱਕ ਕੇ ਕਹਿੰਦਾ ਵੀ ਆਹ ਕਿਤਾਬ ਕਿਵੇਂ ਬੜੀ ਪਪੂਲਰ ਹੁੰਦੀ ਆ ਉਸ ਵੇਲੇ ਉਹ ਹੁਣ ਵੀ ਪਪੂਲਰ ਉਹਨਾਂ ਦੇ ਡਾਕਟਰ ਆਪਣੇ ਕਪੂਰ ਹੁਣਾਂ ਦੀ ਪਾਸੇ ਕਪੂਰ ਹੁਣਾਂ ਇੱਕ ਕਿਤਾਬ ਉਹ ਕਹਿੰਦਾ ਯਾਰ ਛੱਡ ਉਹ ਕਹਿੰਦਾ ਵੀ ਕਿਉਂ ਉਹ ਕਹਿੰਦਾ ਨਹੀਂ ਜੁਰਨ ਦੇ ਉਹ ਕਹਿੰਦਾ ਵੀ ਇਹ ਕਿਤਾਬ ਕਿਤੋਂ ਵੀ ਖੋਲ ਕੇ ਪੜਨ ਲੱਗ ਜੀਏ ਕਿਤੋਂ ਬੋਰ ਨਹੀਂ ਕਰਦੀ ਉਹ ਅਗੋਂ ਜਵਾਬ ਦਿੰਦਾ ਕਹਿੰਦਾ ਇਹ ਬੋਰ ਤਾਂ ਨਹੀਂ ਕਰਦੀ ਪਰ ਇਹ ਬੰਦੇ ਨੂੰ ਹੋਰ ਵੀ ਨਹੀਂ ਕਰਦੀ ਕਹਿੰਦਾ ਵੀ ਕਿਤਾਬ ਉਹ ਹੁੰਦੀ ਆ ਜਿਹੜੀ ਬੰਦੇ ਨੂੰ ਹੋਰ ਕਰਦੇ ਸੋ ਮੈਨੂੰ ਲੱਗਦਾ ਹੈ ਕਿ ਸਾਰੇ ਭਾਵੇਂ ਅਸੀਂ ਇੱਥੇ ਕਿੰਨੇ ਮਾਲੋ ਸਿਧਾਂਤ ਕਿਤਾਬ ਦੇ ਜਾਂ ਸਾਇਤ ਦੇ ਦੇਹੀ ਜਾਈਏ ਮੈਨੂੰ ਲੱਗਦਾ ਜਿਹੜੇ ਇਹ ਦੋ ਸ਼ਬਦਾਂ ਦੇ ਵਿੱਚ ਹੈ ਨਾ ਪਰਿਭਾਸ਼ਾ ਕਿ ਕਿਤਾਬ ਉਹ ਆ ਬੰਦੇ ਨੂੰ ਜਿਹੜੀ ਹੋਰ ਕਰਦੇ ਤੇ ਹੋਰ ਉਸ ਪਾਸੇ ਨੂੰ ਕਰੇ ਜਿਹੜਾ ਉਹਦੇ ਲਈ ਵਧੀਆ ਹੋਵੇ ਧੰਨਵਾਦ ਜੀ